ਉਹਨਾਂ ਕੋਲੇ ਫਿਰ ਵਧੀਆ ਤਾਂ ਬਾਹਲੀਆਂ ਨਸਲਾਂ ਸੀਗੀਆਂ, ਮਤਲਬ ਹਜ਼ਾਰ ਵਾਲੇ ਵੀ ਟੌਪ ਦੇ ਸੀ, ਮੀਰਾ ਵਾਲੇ ਵੀ ਟੌਪ ਦੇ ਸੀਗੇ, ਅਤੇ ਸਰਦਾਰ ਦੇ ਮਾਲਾ ਜਿਵੇਂ ਭਾਗ ਸਿਉਂਕ ਵਾਲੀਆਂ ਖੱਟੀਆਂ ਵਾਲਾ ਬਲੱਡ ਉਹਨਾਂ ਕੋਲ ਬਹੁਤ ਸੀਗਾ, ਉਹਨਾਂ ਕੋਲ ਤਾਂ ਫਿਰ ਸਾਰੀਆਂ ਨਸਲਾਂ ਮਤਲਬ ਚੰਗੀਆਂ ਚੰਗੀਆਂ ਸੀ, ਕਿਉਂ ਮੇਰੀਆਂ ਤਾਂ ਉਹ ਡਾਈਆਂ ਡਾਏ ਕਰਕੇ ਇੱਕ ਦੂਜੇ ਨੂੰ ਦਸ ਕੁ ਦਿਨਾਂ ਬਾਅਦ ਹਰੇਕ ਹੀ ਢਾਉਣ ਲੱਗ ਜਾਂਦਾ। ਮਤਲਬ ਗੜਿਆਂ ਵਾਲੇ ਕਬੂਤਰ ਬਣੇ ਤਾਂ ਸੀਗੇ ਬੋਗੇ ਵਾਲੇ ਕਬੂਤਰਾਂ 'ਚੋਂ, ਠੀਕ ਹੈ ਜੀ, ਪਰ ਇਹ ਮਤਲਬ ਸਰਦਾਰ ਕੋਲ ਮਤਲਬ ਬੋਗੇ ਵਾਲੇ ਕਬੂਤਰ ਬਾਹਲੇ ਉੱਚੇ ਉੱਡਦੇ ਸੀਗੇ, ਭੈੜੇ ਸੀ ਨਿਕਲਣ ਦੀ, ਠੀਕ ਹੈ। ਇਹ ਬਗਰਾੜੀ ਵਾਲਿਆਂ ਨਾਲ ਮਿਲਾ ਕੇ ਵਿਚਾਲੇ ਕਰ ਲਏ ਸੀ, ਮਤਲਬ ਅੱਧ 'ਚ ਹੀ ਉੱਡੀ ਜਾਂਦੇ ਆ ਹੁਣ। ਉਹ ਮੈਨੂੰ ਮਤਲਬ ਦੋ ਤਿੰਨ ਦੋ ਕੁ ਸਾਲਾਂ ਬਾਅਦ ਹੀ ਸਰਦਾਰ ਦੱਸਣ ਲੱਗ ਗਿਆ ਸੀਗਾ ਵੀ ਆਪਾਂ ਐਂ ਕੋ ਊ ਤਾਂ ਮਤਲਬ ਸਾਲ ਬਾਅਦ ਹੀ ਜਿਹੜੇ ਡਾਉਣੇ ਸੀਗੇ ਉਹ ਤਾਂ ਸਾਲ ਬਾਅਦ ਹੀ ਦੱਸਣ ਲੱਗ ਗਿਆ ਵੀ ਐਂ ਕੋ ਤਾਂ ਡਾਉਣੇ ਆ, ਇੰਨਾ 'ਚ ਡਾਉਣੇ ਆ, ਇੰਨਾ 'ਚ ਟਾਈਮ ਧੁੱਪ ਲਵਾਉਣੀ, ਇੰਨਾ ਛਾਵੇਂ ਕਰਨਾ, ਇੰਨੇ ਟਾਈਮ ਬਾਅਦ ਇਹਨੂੰ ਪਾਣੀ ਪਿਆਉਣਾ, ਖਿੱਚੇ ਤੋਂ ਬਦਾਮ ਦੇਣੇ, ਇਹ ਚੀਜ਼ਾਂ ਚੱਲ ਮੈਂ ਤੈਨੂੰ ਦੱਸਦੀਆਂ ਸੀ। ਉੱਨੀ ਕੁ ਡੋਜ਼ 'ਤੇ ਉਹਨੂੰ ਅਸੀਂ ਲੈ ਕੇ ਜਾਣਾ, ਜਦੋਂ ਬਾਜੀ ਛੱਡਣਾ ਸਾਨੂੰ ਪਤਾ ਹੁੰਦਾ ਵੀ ਇੰਨੇ ਤਾਪ 45-46 ਡਿਗਰੀ ਹੈ ਅਤੇ ਵੀ ਇਹਨੇ ਇੰਨੇ ਬਦਾਮਾਂ ਨੇ ਉੱਡਣਾ ਹੈਗਾ, ਉਹ ਸਾਨੂੰ ਆਪ ਨਹੀਂ ਪਤਾ ਹੁੰਦਾ, ਉਹਨੇ ਕਿ ਉਸ ਨੂੰ ਦਵਾ ਕੇ ਪਿਓਰ ਮੀਰਾ ਵਾ ਜਿਹੜੇ ਸਰਦਾਰ ਦੇ ਇਹਦੀ ਕੀ ਪਰਖ ਹੈ ਜੀ ਪਿਓਰ ਦੀ ਮੀਰਾ ਸ਼ਾਖੇ ਜਿਹੜੇ ਇਹ ਬੱਚੇ ਵਾਲੇ ਬਲੱਡ 'ਚੋਂ ਆਉਣਾ, ਠੀਕ ਹੈ ਜੀ। ਇਹ ਕਬੂਤਰ ਜਾਂਦੇ ਨਹੀਂ ਜੀ, ਕਿਹੜੇ ਕਬੂਤਰਾਂ ਨਾਲ ਪਾ ਕੇ ਚੰਗੇ ਰਹਿੰਦੇ ਜੀ? ਇਹ ਆਪਸ ਵਿੱਚ ਵੀ ਚੰਗੇ ਰਹਿੰਦੇ ਆ, ਚਾਹੇ ਮੰਨ ਲਾ ਪੁੰਨੂ ਕਿਆਲਾ ਨਾਲ ਲਾ ਲਓ, ਇਹਨਾਂ ਥੋੜ੍ਹੇ ਜਿਹੇ ਪੱਧਰੇ ਉੱਡਦੇ ਆ ਜਾਣ ਕੇ, ਇਹ ਚੱਲਦੇ ਥੋੜ੍ਹੇ ਜਿਹੇ ਵਾਹਵਾ ਦਿਨਾਂ 'ਚ। ਇਲਾਜ ਤਾਂ ਅਲੱਗ ਅਲੱਗ ਲੋਕਾਂ ਦੇ ਇਲਾਜ ਆ, ਮੰਨ ਲਾ ਜਿਵੇਂ ਅਸੀਂ ਤਾਂ ਦੁਬਾਰੇ ਉਸਨੂੰ ਰੋਕ ਕੇ ਸੁੱਕਾ ਡਾਉਣ ਲੱਗ ਜਾਂਦੇ ਸੀ, ਮੰਨ ਲਾ ਜਿਵੇਂ ਵਿੱਚ ਤੇਬਲ 25 ਦੇ ਜਾਂਦੇ ਆ ਤਾਂ ਆਪਾਂ ਮੰਨ ਲਾ ਰਸੌਂਤ ਜੇ ਦੇ ਤੀ ਜਾਂ ਸ਼ਾਇਦ ਦੇ ਤਾ ਉਹਦੇ ਨਾਲ ਸੈੱਟ ਹੋ ਜਾਂਦਾ ਫੜਕੜੀ ਫੜਕੜੀ ਮੰਨ ਲਓ ਕਿਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਫਤਿਹ ਪ੍ਰੋਡਕਸ਼ਨ, ਮੈਂ ਬਾਦਲ ਭੁੱਲਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਇੱਕ ਸੌ ਕਬੂਤਰਬਾਜ਼ੀ ਦਾ। ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪਿੰਡ ਭਾਈ ਰੂਪਾ ਦੇ ਵਿੱਚ, ਜਿਹੜਾ ਕਿ ਇੱਕ ਇਤਿਹਾਸਿਕ ਪਿੰਡ ਆ, ਭਾਈ ਰੂਪ ਸਿੰਘ ਦੇ ਨਾਮ ਦੇ ਨਾਲ ਵੀ ਜਿਹੜਾ ਜਾਣਿਆ ਜਾਂਦਾ ਹੈ। ਇੱਥੇ ਆਪਾਂ ਪਹੁੰਚੇ ਹੋਏ ਹਾਂ ਜੀ ਪੰਜਾਬ ਦੇ ਮਸ਼ਹੂਰ ਕਬੂਤਰਬਾਜ਼ ਦਰਸੀ ਭਾਈ ਰੂਪਾ ਜੀ ਦੇ ਕੋਲ। ਬਾਈ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਕਬੂਤਰਬਾਜ਼ੀ ਦੇ ਸਫ਼ਰ ਦੀਆਂ, ਕਿੱਥੋਂ ਸ਼ੁਰੂ ਹੋਇਆ ਸੀਗਾ, ਕਿਵੇਂ ਕਿਵੇਂ ਰਿਹਾ, ਕੀ ਔਕੜਾਂ ਆਈਆਂ ਇਸ ਕੰਮ ਦੇ ਵਿੱਚ, ਸਾਰੀਆਂ ਗੱਲਾਂ ਬਾਤਾਂ ਬਾਈ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਕਬੂਤਰਾਂ ਬਾਰੇ ਵੀ ਗੱਲਬਾਤ ਕਰਾਂਗੇ ਸਾਰੀ, ਜਿੱਥੋਂ ਤੱਕ ਹੋ ਸਕਿਆ ਉੱਥੋਂ ਤੱਕ, ਜਿੱਥੋਂ ਤੱਕ ਪੋਸੀਬਲ ਹੋਇਆ ਉੱਥੋਂ ਤੱਕ ਗੱਲ ਕਰਾਂਗੇ। ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਨੂੰ ਅੱਜ ਸਮਾਂ ਦਿੱਤਾ। ਤੁਹਾਡਾ ਭਾਈ ਚੈਨਲ ਵਾਲਿਆਂ ਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਅਤੇ ਇੱਕ ਬਾਈ ਜਿਹੜੇ ਵੀ ਆਪਣੇ ਅੱਜ ਇੱਥੇ ਵੀਰ ਆਪਣੇ ਨਾਲ ਨੇ ਉਹਨਾਂ ਦੇ ਨਾਂ ਦੱਸ ਦਿਓ ਜੀ ਇੱਕ ਵਾਰ ਸਾਰਿਆਂ ਦੇ। ਇਹ ਮੁੰਡਾ ਮੰਗਾ ਕੌੜੀ ਤੋਂ ਹੈ, ਇਹ ਕਰਮੀ ਦਾਨਗੜ੍ਹ ਤੋਂ, ਹਾਂਜੀ, ਇਹ ਮੁੰਡਾ ਉਪਲੀ ਤੋਂ ਹੈ, ਹਾਂਜੀ, ਇਹ ਵੀ ਮੁੰਡਾ ਉਪਲੀ ਤੋਂ ਹੀ ਆ, ਹਾਂਜੀ, ਇਹ ਭੋਲਾ ਭਾਈ ਰੂਪੇ ਤੋਂ ਇੱਥੋਂ, ਹਾਂਜੀ, ਇਹ ਮਣੀ ਗੁਮਟੀ ਤੋਂ ਹੈ, ਹਾਂਜੀ, ਇਹ ਕੀਪਾ ਭਾਈ ਰੂਪਾ। ਅਤੇ ਬਾਈ ਜੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਕਬੂਤਰਬਾਜ਼ੀ ਦਾ ਸਫ਼ਰ ਸੀਗਾ, ਸ਼ੌਂਕ ਸੀਗਾ ਕਿੱਥੋਂ ਪਿਆ ਜੀ? ਇਹ ਜੀ ਮੈਨੂੰ 1983 ਦੇ ਵਿੱਚ ਪਿਆ ਸੀਗਾ ਸ਼ੌਂਕ, ਸਾਲ ਕੁ ਮੈਂ ਘਰ ਛੋਟੇ ਮੋਟੇ ਖੁੱਡੇ 'ਚ ਪਾ ਕੇ ਰੱਖਦਾ ਰਿਹਾ, ਹਾਂਜੀ, ਫਿਰ ਮੰਨ ਲਾ ਬਿਰਲੀਆਂ ਬਿਰਲੀਆਂ ਬਾਜ਼ੀਆਂ ਹੁੰਦੀਆਂ ਸੀ ਬਾਜ਼ੀਆਂ 'ਤੇ ਨਾਲ ਮੈਂ ਜਾਵੜਦਾ ਸੀ ਇੱਥੇ। ਕਿਹਨੂੰ ਦੇਖ ਕੇ ਜੀ ਐਂ ਲੱਗਿਆ ਵੀ ਹਾਂ ਆਪਾਂ ਰੱਖਣੀ ਚਾਹੀਦੀ? ਨਹੀਂ ਦੇਖ ਕੇ ਤਾਂ ਨਹੀਂ, ਮੰਨ ਲਾ ਚੱਲ ਊ ਹੈ ਤਾਂ ਸਾਡੇ ਮੰਨ ਲਾ ਪੀੜ੍ਹੀ 'ਚ ਸੀ, ਮੇਰੇ ਦਾਦੇ ਰੱਖਦੇ ਸੀ, ਯਾਨੀ ਮੇਰਾ ਪਿਓ ਨਹੀਂ ਰੱਖਣ ਦਿੰਦਾ ਸੀਗਾ, ਠੀਕ ਹੈ ਜੀ, ਅਤੇ ਮੇਰੇ ਦਾਦੇ ਰੱਖਦੇ ਸੀਗੇ, ਅਤੇ ਉਵੇਂ ਤਾਂ ਪੀੜ੍ਹੀ ਦਰ ਪੀੜ੍ਹੀ ਸੀ, ਉਹ ਤਾਂ ਨਹੀਂ ਸੀ ਕੋਈ ਗੱਲ, ਠੀਕ ਹੈ ਜੀ। ਅਤੇ ਫਿਰ ਮੰਨ ਲਾ ਇੱਥੇ ਮਤਲਬ ਮੇਰੇ ਪਿੰਡ ਦੇ ਰੱਖਦੇ ਸੀਗੇ ਕਬੂਤਰ, ਉਹਨਾਂ ਨੂੰ ਵੇਖ ਕੇ ਫਿਰ ਐਂ ਸ਼ੌਂਕ ਜਿਹਾ ਉੱਠ ਖੜਿਆ। ਬਾਜ਼ੀਆਂ 'ਤੇ ਜਾਣ ਦਾ ਕਦੋਂ ਸ਼ੁਰੂ ਹੋਇਆ ਇਹ ਸਿਲਸਿਲਾ? ਮੈਂ 83 'ਚ ਕਬੂਤਰ ਰੱਖੇ, ਉਦੋਂ ਇੱਕ ਦੋ ਬਾਜ਼ੀਆਂ ਨੇੜੇ ਨੇੜੇ ਵੇਖੀਆਂ, ਜਿਵੇਂ ਮੇਰੇ ਨੇੜੇ ਗੁਮਟੀ ਬਾਜ਼ੀ ਹੁੰਦੀ ਹੈ, ਘੰਡਾ ਬੰਨੇ ਬਾਜ਼ੀ ਹੁੰਦੀ ਹੈ, ਘੰਡਾ ਬੰਨੇ ਵਾਲੇ ਸੰਤਾਂ ਦੇ ਪਿੰਡ, ਅਤੇ 84 ਵਾਲੇ ਸਾਲ 'ਚ ਫਿਰ ਮੈਂ ਸਰਦਾਰਾਂ ਕੋਲ ਜਾ ਵੜਿਆ, ਸਰਦਾਰ ਮੋਹਨ ਸਿੰਘ ਬਾਦਲ ਕੋਲ, ਕਿਉਂ 83 ਦੇ ਵਿੱਚ ਉਹਨਾਂ ਨੇ ਕਿਰਾਂ ਗੱਲ ਕਰੀ ਸੀਗੀ, ਕਹਿੰਦੇ ਯਾਰ ਇਹੋ ਜਿਹਾ ਕੋਈ ਸਾਨੂੰ ਜਵਾਕ ਦਿਓ ਭਾਲ ਕੇ, ਬਸ ਇੰਨੀ ਕੁ ਗੱਲ ਹੋਈ ਸੀ। ਉਦੋਂ ਸਰਦਾਰ ਮੋਹਨ ਸਿੰਘ ਨਾਲ ਸ਼ੇਰਾ ਹੁੰਦਾ ਸੀ ਸੁੱਖਣ ਵਾਲੇ ਦਾ, ਉਹ ਬਾਜ਼ੀ 'ਤੇ ਆਉਂਦਾ ਹੁੰਦਾ ਸੀਗਾ, ਉਹਨਾਂ ਨੇ ਫਿਰ ਮੰਨ ਲਾ ਵੀ ਇਹ ਗੱਲ ਤੋਰੀ, ਫਿਰ ਬਸ ਉਹਨਾਂ ਨਾਲ ਉਦੋਂ ਬਾਅਦ ਜੁੜ ਗਏ। ਕਿੰਨੀ ਕੁ ਉਮਰ ਸੀਗੀ ਉਦੋਂ ਤੁਹਾਡੀ ਜੀ? 15 ਕੁ ਸਾਲ ਦਾ ਹੁੰਦਾ, ਛੋਟੀ ਸੀਗੀ। ਕਿੰਨਾ ਸਮਾਂ ਫਿਰ ਉੱਥੇ ਰਹੇ ਜੀ? ਫਿਰ ਮੈਂ 12 ਸਾਲ ਰਿਹਾ ਉੱਥੇ, ਲਗਾਤਾਰ 12 ਸਾਲ ਮੋਹਨ ਸਿੰਘ ਬਾਦਲ ਦੇ ਨਾਲ, ਉਹਦੇ ਨਾਲ ਹੀ। ਉਹਨਾਂ ਦਾ ਕਿਵੇਂ ਸੀਗਾ ਜੀ ਸਿਸਟਮ ਫਿਰ ਕਬੂਤਰਾਂ ਦਾ ਜੀ? ਉਹਨਾਂ ਦਾ ਬਹੁਤ ਵਧੀਆ ਸੀਗਾ, ਵੱਡੇ ਖੁੱਡੇ ਵੱਡਾ ਹੀ ਸੀਗਾ ਪ੍ਰੋਗਰਾਮ ਉਸ ਸਮੇਂ ਦੇ ਵਿੱਚ ਵੀ, ਮੰਨ ਲਾ ਅਸੀਂ 80-100 ਕਬੂਤਰ ਘਰ ਬਾਜ਼ੀ 'ਤੇ ਮੰਨ ਲਾ ਘਰ ਬਾਰੀਆਂ ਲਵਾਉਂਦੇ ਡਾਉਂਦੇ, ਬਾਜ਼ੀਆਂ 'ਤੇ ਤਾਂ ਉਦੋਂ ਮੰਨ ਲਾ 7-8 ਕਬੂਤਰ 10 ਵੀ ਹੋ ਜਾਂਦੇ ਸੀਗੇ,
तो मतलब मेरे वेखण वेखण ची बदन लग्या ज्यादा कबूतर जिमें बेगे लहरे वधदे सीगे बेगे लहरे थोड़े कबूतर 27 कबूतर होए वह बहुत गिने गए उदू अगले साल 44 हो गए वो बहुत गिने गए फिर उस बाद हौली हौली वधदे गए वधिया कबूतर किहड़े नूं बणदे सीगे होई आपदे कोले उन्हां कोले फिर वधिया तां बालियां नसलां सीगियां मतलब हजार वाले भी टॉप दे सी मीरा वाले भी टॉप दे सीगे ते सरदार दे मला जिवें भाग सिंह वालियां खट्टियां वाला ब्लड उन्हां कोले बहुत सीगा उन्हां कोले फिर सारियां नसलां मतलब चंगी चंगियां सी क्यों मेरिया तो वह डाइया डाए करके एक दूजे को 10 दिन बाद हरेकी टाउन लग जाता वो आए नहीं सी भी एक लाइन नहीं चंकी उन्होंने को सारे जानवर चंगे सी फिर जो आप कबूतर सामभदा सिस्टम को पता लगे वो मैं मतलब दो तीन दो साल बाद ही सरदार दसन लग गया सीगा भी आप मतलब साल बाद ही जो डाने से साल बाद ही दसन लग गया भी ऐ कबूतर डाने इन्ना चर डाने इन्ना चर टाइम धुप लवानी इन्ना छावे करना इन्ने टाइम बाद इन पानी पिना खिचे तो बदम देने ये चीज़ा चल मैं तेन दस दी है ठीक है जी मतलब ये नहीं है भी कला आप कबूतर पानी देना या कलिया डाइया करवा भी वो तो बिना भी होर बहुत चीज छोटी चीज़ा ने बरीक चीज़ा ने वो भी कम बरीकियां दे नाल ही माला यह ना असल गेम नेड़े हुंदी है ठीक है जी कला जे मैं मतलब जिवें हुण दा टाइम है चल मैं तो ना रह के उत्थे देखिया इन्ना कुछ उन्हें दस्या सिखाया जिवें हुण फोन का दौर है फोन करके आप कह दें भी भाई इन्ने बदम दे दी हाँ जी इन्ना पानी दे दी उन्हें उत्थे ही करनी है मतलब जे दिन अगे पिछे हुंदा गेम हेल्दी है वह हिला नहीं सकता मतलब चलो जे मैनू पता लग गया भी दिन च कोई गड़बड़ हो गई फिर चल मैं तो बंद दसन ही आप मैं भी भाई हाँ जी गेम अगे पिछे करनी पैनी है उत्थे उस टाइम फिर दूसर दी बाजियां वध टाइम छड्डियां जांदियां सी वध छड्डियां जांदियां जां कहर दियां जी ज्यादा तो कहर दियां छड्डदे सीगे पर मतलब दूसर वालियां नूं जदों क्यों बाजियां घट होण करके जदों शुरू च बाजियां चल पैंदियां सीगियां ते उह छड्डदे ही रहिंदे सी दूसरा उन्हां दियां हरेक सीजन दे विच आ जांदियां सी 7-8 दूसरा ਫਿਰ ਜਿਵੇਂ ਤੁਸੀਂ ਦੱਸਿਆ ਵੀ ਇੰਨੇ ਕਬੂਤਰ ਸੀਗੇ ਫਿਰ ਉਹਨਾਂ ਜੋੜਿਆਂ ਜੋੜਿਆਂ ਦਾ ਕੀ ਹਿਸਾਬ ਰੱਖਦੇ ਸੀਗੇ ਜੀ ਉਹ ਸਰਦਾਰ ਦੇ ਲਿਖੇ ਹੁੰਦੇ ਸੀ ਕਾਪੀਆਂ 'ਤੇ ਲਿਖੇ ਹੁੰਦੇ ਠੀਕ ਲਹਿਰੀਆਂ 'ਤੇ ਅਲੱਗ ਅਲੱਗ ਲਿਖੇ ਹੁੰਦੇ ਅਲੱਗ ਅਲੱਗ ਸਾਡੇ ਰੰਗ ਲਾਏ ਹੁੰਦੇ ਸਾਰੀਆਂ ਜੋੜੀਆਂ ਨੂੰ ਠੀਕ ਹੈ ਅਲੱਗ ਤਰ੍ਹਾਂ ਦੀਆਂ ਜੀ ਸਾਰਿਆਂ ਦੇ ਠੱਲਾਂ ਪਾਈਆਂ ਹੁੰਦੀਆਂ ਸੀ ਠੀਕ ਹੈ ਠੱਲਾਂ ਵੈਸੇ ਤਾਂ ਸਾਨੂੰ ਉਹਦੇ ਨਾਂ ਵੀ ਰੰਗ ਲੱਗਿਆ ਹੁੰਦਾ ਕਿਉਂ ਜੋ ਹਰ ਵਕਤ ਵਿੱਚ ਰਹਿਣਾ ਉਹ ਵੀ ਪਤਾ ਲੱਗ ਜਾਂਦਾ ਵੀ ਆਹ ਫਲਾਨਾ ਕਬੂਤਰਾ ਫਲਾਨਾ ਜਾਂ ਜਿਵੇਂ ਕਈ ਵਾਰੀ ਵੱਧ ਸ਼ਾਹ ਕੇ ਕਬੂਤਰ ਹੋਏ ਉਹਨਾਂ 'ਚੋਂ ਕੋਈ ਮਾੜਾ ਮੋਟਾ ਕੋਈ ਰਲ ਜਾਣਾ ਉਹ ਤਾਂ ਵੱਖਰੀ ਗੱਲ ਆ ਪਰ ਉਹ ਸਾਡੀਆਂ ਠੱਲਾਂ ਪਾਈਆਂ ਹੁੰਦੀਆਂ ਸੀ ਰੰਗ ਤਾਂ ਅਸੀਂ ਮਿਟਣ ਦਿੰਦੇ ਹੀ ਨਹੀਂ ਸੀ ਹਰ 15 ਦਿਨਾਂ ਬਾਅਦ ਰੰਗ ਤਾਂ ਤਕਰੀਬਨ ਲਾਉਂਦੇ ਸੀਗੇ ਠੀਕ ਹੈ ਜੀ ਖੁਰਾਕ ਦਾ ਕਿਵੇਂ ਸੀਗਾ ਜੀ ਕੰਮ ਖੁਰਾਕ ਕਿਹੜੀ ਪੈਂਦੀ ਉਸ ਟਾਈਮ ਦਾ ਵੇਖ ਉੱਥੇ ਸਰੋਂ ਬਾਜਰਾ ਛੋਲੇ ਕਣਕ ਮਤਲਬ ਆਹੀ ਸੀ ਕਿਉਂ ਰਾਜਸਥਾਨ ਦਾ ਏਰੀਆ ਸੀ ਉਹ ਗੰਗਾਨਗਰ ਕੋਲ ਡਾਉਂਦੇ ਸੀਗੇ ਉਸ ਟਾਈਮ ਤਾਂ ਆਹੀ ਮਤਲਬ ਸੀਗਾ ਤਾਰਾ ਮੀਰਾ ਰਲਾ ਦੇਣਾ ਵਿੱਚ ਉਸ ਟਾਈਮ ਦੇ ਵਿੱਚ ਜਿਵੇਂ ਹੁਣ ਦੇਖਦੇ ਹਾਂ ਜੀ ਆਪਾਂ ਕਬੂਤਰਾਂ ਨੂੰ ਬਿਮਾਰੀਆਂ ਹੋ ਜਾਂਦੀਆਂ ਨੇ ਦਵਾਈਆਂ ਬਹੁਤ ਆ ਗਈਆਂ ਅਤੇ ਅੰਗਰੇਜ਼ੀ ਦਵਾਈਆਂ ਦਾ ਆਪਾਂ ਨੂੰ ਪਤਾ ਲੱਗ ਗਿਆ ਬਹੁਤ ਸਾਰੀਆਂ ਦਾ ਅਤੇ ਉਦੋਂ ਫਿਰ ਕਿਵੇਂ ਇਲਾਜ ਕਰਦੇ ਸੀਗੇ ਜੀ ਦਵਾਈਆਂ ਉਦੋਂ ਤਕਰੀਬਨ ਨਾ ਇੰਨੀਆਂ ਇੱਕ ਤਾਂ ਬਿਮਾਰੀ ਨਹੀਂ ਸੀਗੇ ਮੈਂ ਬਹੁਤ ਘੱਟ ਬਿਮਾਰੀਆਂ ਵੇਖਦਾ ਹੁੰਦਾ ਉਦੋਂ ਜ਼ਿਆਦਾ ਜ਼ਿਆਦਾ ਆਪਣਾ ਕੋਈ ਜੀਆਂ ਵਾਲੀ ਥੋੜ੍ਹੀ ਬਹੁਤੀ ਉਹ ਦਵਾਈ ਦੇਣੀ ਪੈਂਦੀ ਸੀਗੀ ਉਹ ਚਿੱਟਾ ਜਿਹਾ ਪਾਊਡਰ ਹੁੰਦਾ ਸੀ ਮੈਂ ਨਾਂ ਜਿਹਾ ਭੁੱਲ ਗਿਆ ਨੈਲਵਰਮ ਹੀ ਸੀ ਸ਼ਾਇਦ ਠੀਕ ਹੈ ਜੀ ਜ਼ਿਆਦਾਤਰ ਉਹੀ ਦਿੰਦੇ ਸੀ ਬਸ ਉਹ ਕਿਤੇ ਨਾ ਕਿਤੇ ਬਸ ਦੇਣੀ ਪੈਂਦੀ ਸੀ ਇੰਨੇ ਜੀਜੂ ਦੇਖੇ ਨਹੀਂ ਸੀ ਕਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਦੋਂ ਇੰਨੀਆਂ ਬਿਮਾਰੀਆਂ ਦੇਖਣ ਨੂੰ ਨਹੀਂ ਸੀ ਮਿਲਦੀਆਂ ਹੁਣ ਆਪਾਂ ਨੂੰ ਬਹੁਤ ਪਤਾ ਆਪਾਂ ਨੂੰ ਵੀ ਬਹੁਤ ਕਬੂਤਰਬਾਜ਼ੀ ਦੇ ਵਿੱਚ ਬਹੁਤ ਜ਼ਿਆਦਾ ਨਵੀਆਂ ਤਰ੍ਹਾਂ ਦੀਆਂ ਬਿਮਾਰੀਆਂ ਆ ਗਈਆਂ ਉਹਦਾ ਕੀ ਕਾਰਨ ਲੱਗਦਾ ਜੀ ਕਿਉਂ ਆ ਗਈ ਮੈਨੂੰ ਤਾਂ ਲੱਗਦਾ ਵੀ ਝੋਨੇ ਝੋਨੇ ਕਰਕੇ ਬਿਮਾਰੀਆਂ ਹੋ ਗਈਆਂ ਉਦੋਂ ਝੋਨੇ 'ਚ ਇਹਨਾਂ ਦਾ ਦੌਰ ਹੈ ਨਹੀਂ ਸੀਗਾ ਠੀਕ ਹੈ ਇਹ ਜ਼ਿਆਦਾਤਰ ਨਾ ਬਿਮਾਰੀ ਹੁਣ 10 ਸਾਲ ਤੋਂ ਹੋਣ ਲੱਗੀ ਠੀਕ ਹੈ ਜੀ ਹੋਰ ਤੁਹਾਡੇ ਨਾਲ ਉੱਥੇ ਗੁਰਭਾਈ ਕਿੰਨੇ ਕੁ ਸੀਗੇ ਜੀ ਮੇਰੇ ਨਾਲ ਮਤਲਬ ਉਸ ਟਾਈਮ ਗੁਲਾਬੇ ਵਾਲੇ ਤੋਂ ਹੁੰਦਾ ਸੀਗਾ ਵਿਚਿੱਤਰ ਵਿਚਿੱਤਰ ਅਤੇ ਇੱਕ ਬੋਰ ਸੀ ਗੁਲਾਬੇ ਵਾਲਾ ਦਾ ਉਹ ਵੀ ਮੇਰੇ ਨਾਲ ਰਹਿੰਦਾ ਰਿਹਾ ਸ਼ੇਰਾ ਸੁੱਖਣ ਵਾਲੇ ਦਾ ਗਿੱਦੀ ਉਹਦਾ ਭਾਈ ਸੀਗਾ ਉਹ ਵੀ ਆ ਜਾਂਦਾ ਸੀ ਕਾਫੀ ਸਮਾਂ ਰਹਿੰਦਾ ਸੀ ਅਤੇ ਉਹ ਸਰਦਾਰ ਨਾਲ ਲਿਹਾਜ ਕਰਕੇ ਅਤੇ ਮੰਨ ਲਾ ਆਹ ਕਾਂਤੇ ਵਰਗੇ ਖਿੜਕੀਆਂ ਵਾਲੇ ਇਹ ਵੀ ਆ ਜਾਂਦੇ ਸੀ ਕਿਤੇ ਕਿਤੇ ਠੀਕ ਹੈ ਜੀ ਫਿਰ ਬਾਜੀਆਂ ਉੱਪਰ ਵੀ ਜਾਂਦੇ ਸੀ ਤੁਸੀਂ ਉਹਨਾਂ ਦੇ ਨਾਲ ਜੀ ਹਾਂ ਬਾਜੀਆਂ 'ਤੇ ਮਤਲਬ ਬਾਜੀਆਂ 'ਤੇ ਤਾਂ ਵੰਡਵੇਂ ਸਮੇਂ ਨਹੀਂ ਜਾਂਦੇ ਸੀਗੇ ਜੇ ਮੰਨ ਲਾ ਕਈ ਵਾਰੀ ਸ਼ੇਰਾ ਅਤੇ ਸਰਦਾਰ ਦੋਨੇ ਜਾਂਦੇ ਤਾਂ ਮੈਂ ਘਰੇ ਰਹਿਣਾ ਹੁੰਦਾ ਸੀ ਠੀਕ ਹੈ ਜੀ ਜੇ ਮੰਨ ਲਾ ਮੈਂ ਅਤੇ ਸਰਦਾਰ ਜਾਵੜੇ ਤਾਂ ਸ਼ੇਰਾ ਘਰੇ ਰਹਿੰਦਾ ਇੱਕ ਬੰਦਾ ਤਾਂ ਸੀਨੀਅਰ ਨੇ ਘਰੇ ਰਹਿਣਾ ਬਾਰੀ ਲਵਾਉਣੀ ਗੇੜੇ ਪਾਉਣੇ ਕੋਈ ਯਾਦਗਾਰ ਬਾਜੀ ਹੈਗੀ ਜੀ ਉਹ ਟਾਈਮ ਦੀ ਕੋਈ ਯਾਦਗਾਰ ਤਾਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ
ਵੀ ਮੈਂ ਜਦੋਂ ਆਹ 8 ਕਿ ਦਿਨਾਂ ਨੂੰ ਗੱਡੀ ਤੇ ਯਾਰ ਬਸ ਉਦੋਂ ਭੁੱਲ ਜਾਂਦਾ ਮੈਨੂੰ ਇੰਨਾ ਪਤਾ ਰਹਿੰਦਾ ਇੱਥੇ ਬਾਜੀ ਜਿੱਤੀ ਸੀ ਇੱਥੇ ਆਇਆ ਸੀ ਫਿਰ ਐਂ ਦਾ ਯਾਦਗਾਰ ਤੇ ਯਾਦਗਾਰ ਹੀ ਰਹਿੰਦੀਆਂ ਅਗਲੇ ਨੂੰ ਪਤਾ ਹੀ ਹੁੰਦਾ ਤਕਰੀਬਨ ਇੱਥੇ ਸਾਂਝੀਆਂ ਹੋਈਆਂ ਇੱਥੇ ਜਿੱਤੀਆਂ ਇੱਥੇ ਹਰੇ ਆ ਐਂਡ ਤੇ ਜਾ ਕੇ ਰਹਿੰਦੇ ਆ ਆਪਾਂ ਕੱਲੀ ਕਹਿਰ ਦਾ ਕਬੂਤਰੀ ਸਾਹਮਣੇ ਜੀ ਨਹੀਂ ਦੂਸਰਾ ਦੂਸਰਾ ਦਾ ਠੀਕ ਹੈ ਜੀ ਕਿਹੜੀ ਨਸਲ ਤੁਹਾਨੂੰ ਲੱਗਦਾ ਵੀ ਦੂਸਰ ਨੂੰ ਜ਼ਿਆਦਾ ਚੰਗੀ ਹੈ ਜੀ ਦੂਸਰ ਨੂੰ ਮੰਨ ਲਾ ਜਿਵੇਂ ਹੁਣ ਆਪਾਂ ਰਾਜਨ ਵਾਲੇ ਕਹਿ ਦਈਏ ਹਾਂਜੀ ਮੰਨ ਲਾ ਇੱਕ ਇਹ ਕਬੂਤਰ ਬਹੁਤ ਚੰਗੇ ਉੱਡਦੇ ਆ ਹਜ਼ਾਰ ਵਾਲੇ ਵੀ ਬਹੁਤ ਚੰਗੇ ਉੱਡਦੇ ਆ ਦੂਸਰ ਨੂੰ ਹੋਰ ਹੁਣ ਵਿੱਚੋਂ ਪਾੜ ਪੂੜ ਕੇ ਨਸਲਾਂ ਬਣਾ ਲੈਂਦੇ ਅਗਲੇ ਗਾਂ ਦੀ ਗਾਂ ਚੰਗੇ ਉੱਡਦੇ ਜਿਵੇਂ ਆਪਾਂ ਤੁਸੀਂ ਰਾਜਨ ਵਾਲਿਆਂ ਦੀ ਗੱਲ ਕਰੀਏ ਜੀ ਅਤੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਰਾਜਨ ਵਾਲੇ ਕਬੂਤਰ ਚੰਗੇ ਮੰਨੇ ਜਾਂਦੇ ਆ ਪਿਛੋਕੜ ਤਾਂ ਇਹਨਾਂ ਦਾ ਮੰਨ ਲਾ ਧੰਨੇ ਵਾਲੇ ਕਬੂਤਰਾਂ 'ਚੋਂ ਜਾਂ ਇਹ ਬਾਦਲੋਂ ਹੀ ਆਏ ਹੋਏ ਕਬੂਤਰ ਹੈ ਠੀਕ ਹੈ ਜੀ ਚਲੋ ਉਦੋਂ ਬਾਅਦ ਮੰਨ ਲਾ ਕਿਤੇ ਨਾ ਕਿਤੇ ਫਿਰ ਗਾਂ ਵੀ ਹੋਰ ਬਣ ਜਾਂਦਾ ਹੈ ਹੁਣ ਸਾਰੇ ਪੰਜਾਬ ਦੀ ਤਾਂ ਕੋਈ ਮੰਨ ਲਾ ਡਿਟੇਲ ਰਹਿੰਦੀ ਨਹੀਂ ਹੁੰਦੀ ਵੀ ਕਿਹੜਾ ਰੱਖ ਲੂਗਾ ਹਾਂਜੀ ਮੈਂ ਉਹੀ ਚੀਜ਼ ਕਹਿਣਾ ਵੀ ਅੱਗੇ ਜਾ ਕੇ ਜਦੋਂ ਆਪਾਂ ਕਹਿੰਦੇ ਵੀ ਕਬੂਤਰ ਪਾੜਦੇ ਆ ਫਿਰ ਨਸਲੋਂ ਖਰਾਬ ਨਹੀਂ ਹੁੰਦਾ ਜੀ ਉਹ ਨਹੀਂ ਹੁੰਦਾ ਮੰਨ ਲਾ ਜਿਹੜਾ ਕਬੂਤਰ ਨੇ ਤਾ ਨਾ ਉੱਡਣਾ ਗਾ ਜੇ ਉਹ ਤਾ ਬਹਿ ਗਿਆ ਫਿਰ ਉੱਡਣਾ ਊ ਚਾਹੇ ਉਹਨੂੰ ਭੈਣ ਭਲਾ ਮਲਾਲਾ ਨਹੀਂ ਤਾ ਬੈਠਾ ਤਾਂ ਨਹੀਂ ਉੱਡਦੇ ਠੀਕ ਹੈ ਜੀ ਪਾੜ ਕੇ ਥੋੜ੍ਹੇ ਜਿਹੇ ਚੰਗੇ ਜਦੋਂ ਹੁਣ ਤੁਹਾਡੇ ਕੋਲ ਆਉਂਦੇ ਸੀਗੇ ਸਾਨੂੰ ਰਸਤੇ 'ਚ ਇੱਕ ਬੰਦੇ ਦਾ ਫੋਨ ਆਇਆ ਜੀ ਇੰਗਲੈਂਡ ਤੋਂ ਉਹ ਕਹਿੰਦਾ ਜੀ ਮੇਰੇ ਕੋਲ ਕਬੂਤਰ ਨੇ ਇੱਧਰ ਪਿੰਡ ਅਤੇ 1:30 ਵਜੇ ਤੱਕ ਹੀ ਉਹ ਕਹਿੰਦਾ ਮੈਂ ਕਬੂਤਰ ਕਹਿੰਦਾ 1:30 ਵਜੇ ਤੱਕ ਪਿੰਡ ਉੱਡਦੇ ਆ ਆਪਾਂ ਆਮ ਕਬੂਤਰਬਾਜ਼ ਕਹਿੰਦੇ ਹਾਂ ਵੀ ਜੇ ਮਤਲਬ ਕਬੂਤਰ ਪਿੰਡ 1:30 ਵਜੇ ਤੱਕ ਡਾਵਾ ਹੈਗਾ ਤਾਂ ਬਾਜੀ ਕਰ ਸਕਦਾ ਕੰਪਲੀਟ ਅਤੇ ਉਹ ਕਹਿੰਦੇ ਵੀ ਉਹ ਬਾਜੀ 'ਤੇ ਜਾ ਕੇ ਵੀ 1:30 ਵਜੇ ਤੱਕ ਹੀ ਉੱਡਦੇ ਆ ਕਈ ਵਾਰੀ ਨਾ ਮਤਲਬ ਉਹਦੇ 'ਚ ਜ਼ੋਰ ਹੀ ਓਨਾ ਕੁ ਹੋ ਸਕਦਾ ਵੀ ਜਿੰਨਾ ਕੁ ਜ਼ੋਰ ਉਹ 'ਚ ਬਣਦਾ ਓਨਾ ਕੁ ਲਾ ਦਿੰਦਾ ਠੀਕ ਹੈ ਫਿਰ ਉਹਨੇ ਉਦੋਂ ਗਾਹਾਂ ਕੀ ਲੰਘਣਾ ਜਿਹੜਾ ਮਤਲਬ ਕੋਈ ਜਾਨਵਰ ਆਪਦੀ ਜ਼ੋਰ ਬਚਾ ਕੇ ਆਊਗਾ ਵਜਨ 'ਚ ਆਊਗਾ ਜਾਨ 'ਚ ਆਊਗਾ ਉਹੀ ਗਾਹਾਂ ਉੱਡੂਗਾ ਐਂ ਤਾਂ ਹੁਣ ਇਹ ਵਿੱਚ ਕਬੂਤਰ ਮਤਲਬ ਕਬੂਤਰ 3 ਵਜੇ ਤੱਕ ਉੱਡ ਕੇ ਵੀ ਬਾਜੀ ਮਸਾਂ ਜਿੱਦਾ ਕਬੂਤਰ 10 ਵਜੇ ਤੱਕ ਉੱਡ ਕੇ ਉਹ ਵੀ ਬਾਜੀ ਜਿੱਤ ਲੈਂਦਾ ਠੀਕ ਹੈ ਜੀ ਮਤਲਬ ਉਹਨੇ ਕੀ ਹੁੰਦਾ ਉਹਨੇ ਇੱਕ ਦਿਨ ਹੀ ਜ਼ੋਰ ਲਾਉਣਾ ਹੁੰਦਾ ਜ਼ਿਆਦਾ ਉੱਚਾ ਉੱਡਣ ਵਾਲਾ ਕਬੂਤਰ ਬੈਸਟ ਰਹਿੰਦਾ ਜਾਂ ਜਿਹੜਾ ਪੱਧਰ ਜੇ ਉੱਡਦੇ ਜੀ ਇਹ ਕਬੂਤਰਾਂ ਦੇ ਅਲੱਗ ਅਲੱਗ ਟੱਕ ਹੁੰਦੇ ਆ ਆਪਦੇ ਠੀਕ ਹੈ ਜੀ ਉਹ ਤਾਂ ਮਤਲਬ ਉਹ ਤਾਂ ਗੇਮ ਨਾਲ ਹੀ ਉੱਡਣਾ ਹੈਗਾ ਗਾ ਕਬੂਤਰ ਦੀ ਨਸਲ ਅਤੇ ਗੇਮ ਕਿੰਨਾ ਕਿੰਨਾ ਲੱਗਦਾ ਵੀ ਮਤਲਬ ਕਿੰਨਾ ਕੁ ਗੇਮ ਜ਼ਿਆਦਾ ਚਾਹੀਦੀ ਹੈ ਵੱਧ ਜਾਂ ਨਸਲ ਵੱਧ ਚਾਹੀਦੀ 13 ਤਾਂ ਨਸਲ ਹੋ ਗਈ ਠੀਕ ਹੈ ਜੀ ਮਤਲਬ ਜੇ ਨਸਲ ਹੈ ਨਸਲ ਦਾ ਕਬੂਤਰ ਘਰੇ ਵੀ ਦੱਸੂਗਾ ਜ਼ੋਰ ਵੀ ਲਾਊਗਾ ਉਹ ਆਪਦੇ ਸਾਰਾ ਹੀ ਜ਼ੋਰ ਦਿਖਾਊਗਾ ਮਰਨ ਵਾਲੇ ਪਾਸੇ ਹੋ ਜਾਂਦਾ ਅਤੇ ਜਦੋਂ ਮਤਲਬ ਜਾਨਵਰ ਨਸਲ ਦਾ ਅਤੇ ਖੇਡ ਤਾਂ ਉਹਨੇ ਫਿਰ ਮਾਲਕ ਨੇ ਕਰ ਹੀ ਲੈਣੀ ਉਹਨੂੰ ਪਤਾ ਹੁੰਦਾ ਵੀ ਜਿੱਥੇ ਉਹਨੂੰ ਘਾਟ ਹੈ ਉਹ ਘਾਟ ਵਾਲਾ ਪਾਸਾ ਉਹਨੇ ਰੋਕ ਲੈਣਾ ਧਿਆਇਆ ਹੁੰਦਾ ਉਹਨੇ ਤੇ ਰੋਕ ਲੈਣੀ ਹੈ ਭੁੱਖ ਵਾਲੇ ਪਾਸੇ ਹੁੰਦਾ ਉਹਨੇ ਭੁੱਖ ਰੋਕ ਲੈਣੀ ਹੈ ਤਾਂ ਜ਼ਿਆਦਾ ਮੱਚ ਕੇ ਡਾਊਨ ਹੁੰਦਾ ਉਹ ਵੀ ਉਹਨੂੰ ਪਤਾ ਹੁੰਦਾ ਵੀ ਇਸ ਨੂੰ ਉਹਦੀਆਂ ਬਾਰੀਆਂ ਅੱਗੇ ਪਿੱਛੇ ਕਰਕੇ ਚੌਥ ਚੌਥ ਪਾਲੇ ਚਾਹੇ ਹੋਰ ਉਹਨੂੰ ਠੰਡਾ ਤੱਤਾ ਕਰੇ ਉੱਥੋਂ ਉਹਨੇ ਬਚਾ ਲੈਣਾ ਜਿਹੜੇ ਕਬੂਤਰ ਆਪਣੇ ਉੱਲੇ 'ਤੇ ਡਿੱਗ ਪੈਂਦੇ ਆ ਜੀ ਉਹ ਜ਼ਿਆਦਾ ਰੱਜਾ ਕਬੂਤਰ ਮਾਰ ਖਾਂਦਾ ਜਾਂ ਭੁੱਖਾ ਮਾਰ ਖਾਂਦਾ ਜੀ ਨਹੀਂ ਰੱਜਾ ਭੁੱਖਿਆ ਨਹੀਂ ਹੁੰਦਾ ਕਈ ਤਾਂ ਉੱਲੇ ਦੇ ਮਾੜੇ ਹੁੰਦੇ ਕਬੂਤਰ ਠੀਕ ਹੈ ਜੀ ਕਈ ਹੁਣ ਮੰਨ ਲਾ ਲੋਕਾਂ ਨੂੰ ਥੋੜ੍ਹਾ ਰੂਲ ਜਿਹਾ ਬਣਾਈ ਬੈਠੇ ਪਾਣੀ ਪੂਣੀ ਬਾਹਲਾ ਦੇ ਲੈਂਦੇ ਆ ਠੀਕ ਹੈ ਜੀ ਪਾਣੀ ਦੀ ਹੇਰ ਫੇਰ ਕਰ ਜਾਂਦੇ ਕਰ ਜਾਂਦੇ ਕਈ ਵਾਰੀ ਪਾਣੀ ਪੂਣੀ ਮਤਲਬ ਠੰਡੇ ਹੁੰਦੇ ਆ ਕਈ ਵਾਰੀ ਨਹੀਂ ਵੀ ਜਾਨਵਰ ਚੱਖਦਾ ਪਾਣੀ ਜਿਹੜੀ ਆਪਾਂ ਜੋੜੇ ਲਾਉਣੇ ਆ ਜੀ ਕਿਹੜੀ ਰੁੱਤ ਦੇ ਵਿੱਚ ਆ ਕੇ ਲਾਉਣੇ ਚਾਹੀਦੇ ਮਤਲਬ ਅੱਗੇ ਤਾਂ ਅਸੀਂ ਇੱਦੋਂ ਹਜੇ 15 ਦਿਨ ਲੇਟ ਹੀ ਲਾਉਂਦੇ ਹੁੰਦੇ ਜੀ ਜਿਹੜੇ ਸਮੇਂ ਮੈਂ ਸਰਦਾਰ ਕੋਲ ਰਹਿੰਦੇ ਹੁਣ ਮੰਨ ਲਾ ਥੋੜ੍ਹੇ ਫਿਰ ਉਦੋਂ ਸਿਆਲਾਂ ਦੇ ਵਿੱਚ ਇੱਕ ਤਾਂ ਲੋਕ ਜਾਨਵਰ ਵੀ ਬਾਹਲੇ ਕਢਾਉਂਦੇ ਆ ਇੱਕ ਬਿਮਾਰੀਆਂ ਬਹੁਤ ਵਧਣ ਲੱਗ ਗਈਆਂ ਅਤੇ ਮਤਲਬ ਹੁਣ ਲਾਈ ਜਾਂਦੇ ਆ ਲੱਗੇ ਵੀ ਪਏ ਲੋਕਾਂ ਨੇ ਬੱਚੇ ਕਢਾਈ ਵੀ ਬੈਠੇ ਆ ਮੈਂ ਕਹਿੰਦਾ ਚੱਲ ਜੇ ਆਹ ਬੱਚੇ ਕੱਢੇ ਹੁਣ ਵਧੀਆ ਇਹ ਕਬੂਤਰ ਦਾ ਹੱਡ ਬਣ ਜਾਂਦਾ 1.5-2 ਸਾਲ ਦਾ ਜਾਨਵਰ ਹੋ ਜਾਂਦਾ ਕਿੰਨੀ ਕੁ ਉਮਰ ਤੱਕ ਕਬੂਤਰ ਬਾਈ ਛੱਡਣਾ ਚਾਹੀਦਾ ਬੱਚਾ ਜੀ ਖੈਰ 3 ਸਾਲ ਤੱਕ ਅਸੀਂ ਛੱਡਦੇ ਰਹੇ ਠੀਕ ਹੈ ਜੀ ਜਿਵੇਂ ਆਪਣੇ ਬੱਚਿਆਂ 'ਚ ਪਾ ਲੈਂਦੇ ਹਾਂ ਕਬੂਤਰ ਜੀ ਕਹੀ ਆਪਾਂ ਬੱਚਿਆਂ ਤੋਂ ਚੱਕ ਕੇ ਵੀ ਕਬੂਤਰ ਬਾਜੀ ਛੱਡਿਆ ਜਾ ਸਕਦਾ ਨਹੀਂ ਅਸੀਂ ਤਾਂ ਨਹੀਂ ਛੱਡਿਆ ਗਾ ਹੋਰ ਛੱਡਦੇ ਹਨ ਕਿਸੇ ਦਾ ਆਪਾਂ ਕਹਿ ਨਹੀਂ ਠੀਕ ਹੈ ਜੀ ਅਤੇ ਇੱਕ ਆਪਾਂ ਹੋਰ ਚੀਜ਼ ਇੱਕ ਹੋਰ ਚੀਜ਼ ਦੇਖੀਏ ਜੀ ਜਿਹੜਾ ਆਪਣਾ ਡੱਬੇ ਜਾਂ ਨੀਲੇ ਕਬੂਤਰ ਆ ਇਹ ਬਹੁਤ ਘੱਟ ਹੁੰਦੇ ਆ ਜੀ ਚੰਗੇ ਕਬੂਤਰਬਾਜ਼ਾਂ ਕੋਲ ਇਹਦਾ ਕੀ ਕਾਰਨ ਹੋ ਜਾਂਦਾ ਵੀ ਇਹ ਬਾਜੀ ਵਾਸਤੇ ਵਧੀਆ ਨਹੀਂ ਹੁੰਦੇ ਛੱਡਣ ਵਾਸਤੇ ਨਹੀਂ ਵਧੀਆ ਹੀ ਹੁੰਦੇ ਆ ਮੰਨ ਲਾ ਬਲੱਡ ਤਾਂ ਉਹੀ ਆ ਰੰਗ ਹੀ 2 ਕੱਢੇ ਆ ਠੀਕ ਹੈ ਜੀ ਐਂ ਤਾਂ ਬੰਦੇ ਦੇ ਵੀ 2 ਰੰਗ ਹੈ ਉਹ ਵੀ ਗੋਰਾ ਕਾਲਾ ਉਹ ਵੀ ਆ ਜਾਂਦਾ ਠੀਕ ਹੈ ਜੀ ਇਕੱਲਾ ਰੰਗ ਦਾ ਹੀ ਫਰਕ ਹੈ ਉਹ ਤਾਂ ਇੰਟਰਵਿਊ ਕਰਨ ਜਾਂਦੇ ਆ ਦੇਖਦੇ ਆ ਵੀ ਡੱਬੇ ਜਾਂ ਨੀਲੇ ਕਬੂਤਰ ਬਹੁਤ ਘੱਟ ਹੁੰਦੇ ਆ
ਪਰ ਜਿਹੜੇ ਕੋਲ ਹੁੰਦੇ ਆ ਉਹ ਬੰਦਾ ਕਹਿੰਦਾ ਵੀ ਹਾਂ ਯਾਰ ਆ ਨੀਲੀ ਕਬੂਤਰੀ ਆ ਮੇਰੇ ਕੋਲ ਇੱਥੇ ਸੱਡੀ ਜਿਹਨੇ ਧੰਨ ਧੰਨ ਕਰਾਈ ਹੋਈ ਜੀ ਜੇ ਹੁੰਦੇ ਆ ਤਾਂ ਪੂਰੇ ਹੀ ਵਧੀਆ ਹੁੰਦੇ ਉਹ ਤਾਂ ਮਤਲਬ ਬਲੱਡ ਲਾਈਨ ਦੇ ਆ ਨਾ ਜਦੋਂ ਮਤਲਬ ਚੰਗੇ ਬਲੱਡ ਦੇ ਆ ਉਹ ਤਾਂ ਕੋਈ ਮਰਜ਼ੀ ਰੰਗ ਕੱਢੀ ਜਾਣ ਠੀਕ ਹੈ ਜੀ ਤੇ ਜਿਹੜੀ ਆਪਾਂ ਪਹਿਲਾਂ ਤੁਸੀਂ ਸਰਦਾਰ ਦੀ ਗੱਲ ਕਰੀ ਆ ਜੀ ਉਹਨਾਂ ਦੇ ਖੁੱਡੇ ਫਿਰ ਕਿੱਡੇ ਕਿੱਡੇ ਪਾਏ ਹੋਏ ਸੀਗੇ ਖੁੱਡੇ ਦਾ ਉਹਨਾਂ ਮਤਲਬ ਜਿਵੇਂ ਕਮਰਾ ਹੈਗਾ ਏਡੇ ਏਡੇ ਇਦੂ ਵੀ ਵੱਡੇ ਹੁੰਦੇ ਸੀ ਸਭਾਤਾਂ ਸੀਗੀਆਂ ਲਟਾਈਨਾਂ 'ਤੇ ਪਾਈਆਂ ਵਿੱਚ ਛੇ ਛੇ ਗਾਡਰਾਂ 'ਤੇ ਸੀਗੇ ਅਤੇ ਵੱਡੀਆਂ ਸਭਾਤਾਂ ਹੀ ਸੀਗੀਆਂ ਠੀਕ ਹੈ ਅਤੇ ਜਿਹੜੇ ਡਾਊਨ ਵਾਲੇ ਸੀ ਉਹ ਮਤਲਬ ਜਿਵੇਂ ਆਪਣੀ ਆਮ ਰਸੋਈ ਏਡੇ ਏਡੇ ਹੋਣ ਠੀਕ ਹੈ ਵੀ 15-15 ਫੁੱਟ ਲੰਮੇ ਸੀਗੇ 7 ਫੁੱਟ ਵਾਂਗੂ ਜਾਂ 6 ਫੁੱਟ ਵਾਂਗੂ ਚੌੜੇ ਹੁੰਦੇ ਸੀ ਸਾਹਮਣਾ ਕੌਣ ਸੀਗਾ ਜੀ ਫਿਰ ਕਬੂਤਰ ਨੂੰ ਜਦੋਂ ਬਾਈ ਛੱਡਣਾ ਜਿਹਦਾ ਸਰਦਾਰ ਉੱਥੇ ਆਇਆ ਹੋਣਾ ਠੀਕ ਹੈ ਅਤੇ ਸਰਦਾਰ ਸਾਹਮਦਾ ਅਤੇ ਮਤਲਬ ਜੇ ਸ਼ੇਰਾ ਉੱਥੇ ਹੁੰਦਾ ਸੀ ਤਾਂ ਸ਼ੇਰਾ ਸਾਹਮਦਾ ਮੈਂ ਉੱਥੇ ਹੋਣਾ ਮੈਂ ਸਾਹਮਣੇ ਠੀਕ ਹੈ ਜੀ ਉਦੋਂ ਮੌਕੇ 'ਤੇ ਤੁਸੀਂ ਵੀ ਸਾਹਮਣੇ ਤੁਹਾਨੂੰ ਪਤਾ ਜੀ ਸਾਰਾ ਕੁਛ ਉਦੋਂ ਉਹ ਚੀਜ਼ ਤਾਂ ਮਤਲਬ ਇੱਕ ਤਰਫਾ ਹੀ ਉਹਦਾ ਜਾਨਵਰ ਨੇ ਸਾਹਮਣਾ ਹੁੰਦਾ ਸੀ ਉਹਦੇ 'ਚ ਕੋਈ ਉਹ ਨਹੀਂ ਸੀਗਾ ਠੀਕ ਹੈ ਜੀ ਮਤਲਬ ਹੁਣ ਜਿੰਨੀ ਖੇਡ ਨਹੀਂ ਜਿੰਨੀ ਹੁਣ ਉਹ ਹੋਈ ਵੀ ਆ ਪਤਾ ਕੀ ਜਿਹੜੇ ਥਾਂ ਅਸੀਂ ਕਬੂਤਰ ਡਾਇਆ ਉੱਥੇ ਗਰਮੀ ਵਾਲੀ ਪੈਂਦੀ ਸੀ ਗੰਗਾਨਗਰ ਏਰੀਆ 'ਚ ਉੱਥੇ ਉਦੋਂ ਐਡਾ ਨਹੀਂ ਸੀ ਮਤਲਬ ਹੁਣ ਵਾਲਾ ਕੰਮ ਇਹ ਨਹੀਂ ਸੀਗਾ ਵੀ ਵੀ ਮੌਕੇ 'ਤੇ ਗੇਮ ਬਦਲੀ ਕਰੀਓ ਬਸ ਇੱਕ ਤਰਫਾ ਜਾਨਵਰ ਨੂੰ ਸਾਂਭ ਕੇ ਲੈ ਆਉਂਦੇ ਕਿਹੜੇ ਕਿਹੜੇ ਖਿਡਾਰੀ ਉਦੋਂ ਭਿੜਦੇ ਹੁੰਦੇ ਸੀ ਵਿੱਚ ਬਾਜੀ ਜੀ ਉਦੋਂ ਮੰਨ ਲਾ ਵੀ ਇੱਧਰ ਸਰਦਾਰ ਪੀਰ ਕੋਟੀਆ ਕਾਕਾ ਕੀਮੀ ਅਤੇ ਇਹ ਆਪਣੇ ਬੇਗੇ ਵਾਲੇ ਡੀ ਸੀ ਕੇ ਸੀ ਭੋਲੀ ਰਾਮ ਭਰਾ ਹਾਕ ਮਰ ਗਏ ਚਲੋ ਸੀ ਤਾਂ ਗਰੁੱਪ ਦੇ ਹੀ ਸੀ ਸਾਡੇ ਨਾਲ ਇਹ ਠੀਕ ਹੈ ਜੀ ਹਾਂ ਕਿਉਂ ਬਾਈ ਭੋਲੀ ਵੀ ਸਰਦਾਰ ਨਾਲ ਸੀ ਹਾਕਮ ਵੀ ਨਾਲ ਹੀ ਸੀ ਅਤੇ ਕਿਉਂ ਅਸੀਂ ਬਾਜੀਆਂ ਇੱਧਰ ਇਹ ਮੇਨ ਹੀ ਬਾਜੀਆਂ ਛੱਡਦੇ ਸੀ ਸੇਮੇ ਬੇਗਾ ਭੁੱਚੋ ਗੁਮਟੀ ਮਤਲਬ ਇਹ ਸਰਕਲ ਦੀਆਂ ਆ ਤਾਂ ਇੱਧਰ ਸਰਦਾਰ ਮੇਰੀ ਡਿਊਟੀ ਰੱਖਦੀ ਤੈਂ ਛੱਡਣਗੀਆਂ ਫਰੀਦਕੋਟ ਵਾਲੇ ਏਰੀਏ 'ਚ ਸ਼ੇਰਾ ਸਰਦਾਰ ਜਾਂਦੇ ਜਾਂ ਕਈ ਵਾਰੀ ਮਤਲਬ ਮੈਨੂੰ ਲੈ ਜਾਂਦਾ ਵੀ ਹੈ ਨਿਗਾ ਨੁਗਾ ਦੀ ਕਿਤੇ ਜ਼ਰੂਰਤ ਪੈਣੀ ਹੁੰਦੀ ਹੁਣ ਆਪਾਂ ਇੱਧਰ ਫਰੀਦਕੋਟ ਇੱਧਰ ਏਰੀਏ ਦੇ ਵਿੱਚ ਠਾੜ ਵਾਲੇ ਏਰੀਏ ਦੇ ਵਿੱਚ ਛੱਡੀਆਂ ਨੇ ਕਬੂਤਰ ਬਾਜੀ ਜੀ ਹਾਂ ਉਦੋਂ ਸ਼ੁਰੂ ਤੋਂ ਉੱਧਰ ਛੱਡਦੇ ਹੀ ਰਹਿੰਦੇ ਸੀ ਠੀਕ ਹੈ ਜੀ ਜ਼ਿਆਦਾ ਬਾਜੀਆਂ ਉੱਧਰ ਹੀ ਛੱਡਦਾ ਸੀ ਸਰਦਾਰ ਇੱਧਰ ਮੇਨ ਮੇਨ ਪਿੰਡਾਂ 'ਚ ਹੁਣ ਆਪਾਂ ਜ਼ਿਆਦਾਤਰ ਕਿੱਧਰ ਬਾਜੀ ਛੱਡਦੇ ਹਾਂ ਜੀ ਹੁਣ ਤਾਂ ਮੰਨ ਲਾ ਸਾਰੇ ਏਰੀਏ 'ਚ ਹੀ ਹੈ ਕਿਉਂ ਮੰਨ ਲਾ ਜਿੱਥੇ ਜਿੱਥੇ ਆਪਣੇ ਚੇਲੇ ਵਾਲ ਕੇ ਆ ਨਾਂ ਨਾਲ ਉੱਥੇ ਐਂਟਰੀਆਂ ਕਰਵਾ ਲੈਂਦੇ ਆ ਆਪ ਹੀ ਕਿਉਂ ਮੈਂ ਤਾਂ ਗੱਡੀ 'ਤੇ ਹੀ ਹੁੰਦਾ ਗਾ ਉਹ ਮੈਂ ਦੱਸ ਕੇ ਐਂਟਰੀਆਂ ਕਰਵਾ ਲੈਂਦੇ ਆ ਉਹਨਾਂ ਸਾਰੇ ਏਰੀਆਂ 'ਚ ਛੱਡ ਲਈਏ ਕਿੰਨੇ ਕੁ ਚੇਲੇ ਨੇ ਜੀ ਆਪਣੇ ਮੈਂ ਤਾਂ ਨਾ ਹੋਣਗੇ 20 ਹੋਣ ਜਾਂ 22 ਗਿਣੇ ਤਾਂ ਹੀ ਨਹੀਂ ਤਿੰਨ ਚੂਰ ਠੀਕ ਹੈ ਜੀ ਕਬੂਤਰਬਾਜੀ ਨੂੰ ਵਿੱਚ ਲੋਕ ਮਾੜਾ ਕਹਿ ਦਿੰਦੇ ਆ ਜੀ ਵੀ ਇਹ ਚੰਗੀ ਚੀਜ਼ ਨਹੀਂ ਜਾੜ ਭਾਲਦੇ ਆ ਕਬੂਤਰ ਐਂ ਕਰਦੇ ਆ ਉਹ ਪੁਰਾਣੇ ਸਮੇਂ 'ਚ ਕਹਿ ਦਿੰਦੇ ਹੁਣ ਨਹੀਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੀ ਕਬੂਤਰਬਾਜੀ ਮਤਲਬ ਕੀ ਚੀਜ਼ ਆ ਨਹੀਂ ਮੈਂ ਤਾਂ ਚੰਗੀ ਕਹੂੰਗਾ ਜਦੋਂ ਚੱਲ ਮੈਨੂੰ ਸ਼ੌਂਕ ਹੈ ਪਰ ਉਹ ਪਹਿਲਾਂ ਪੁਰਾਣੇ ਸਮੇਂ 'ਚ ਕਹਿੰਦੇ ਹੁਣ ਨਹੀਂ ਕਹਿੰਦੇ ਹੁਣ ਤਾਂ ਇਹ ਚੀਜ਼ ਦਾ ਫਰਕ ਪੈ ਗਿਆ ਕਬੂਤਰਬਾਜੀ ਦਾ ਹੁਣ ਲੈਵਲ ਕਿੱਥੇ ਖੜਾ ਲੱਗਦਾ ਜੀ ਮਤਲਬ ਪਹਿਲਾਂ ਜਿਵੇਂ ਕਬੂਤਰਬਾਜੀ ਹੋਰ ਢੰਗ ਦੀ ਸੀ ਹੁਣ ਵੱਡੇ ਵੱਡੇ ਨਾਮ ਹੋ ਗਏ ਰੋਜ਼ ਚੈਨਲਾਂ ਦੇ ਉੱਤੇ ਲਾਈਵ ਚੱਲਦਾ ਦੇਖਦੇ ਹਾਂ ਆਪਾਂ ਹੁਣ ਤਾਂ ਫਿਰ ਐਂ ਨਾ ਵੀ ਉਦੋਂ ਤਾਂ ਮੰਨ ਲਾ ਵੀ ਮੇਰੇ ਦੇਖਣ ਦੇਖਣ 100-150 ਮੁੱਢ ਤੋਂ ਸ਼ੁਰੂ ਹੋਇਆ ਕੰਮ ਫਿਰ 350-500 ਹੋ ਗਿਆ ਅਤੇ ਫਿਰ 500 ਟਿਕਿਆ ਰਿਹਾ ਫਿਰ 500-700 ਹੋ ਗਿਆ ਫਿਰ 1000 ਜੇ 'ਤੇ ਟਿਕਿਆ ਰਿਹਾ ਐਂ ਸੀ ਹੁਣ ਫਿਰ ਮਤਲਬ ਕੁਛ ਤਾਂ ਮਤਲਬ ਮੁੰਡੇ ਬਾਹਰ ਬੂਹਰ ਜਾ ਵੜੇ ਉਹਨਾਂ ਨਾਲ ਮਤਲਬ ਕਬੂਤਰਬਾਜੀ ਅਟੈਚ ਹੋ ਗਈ ਅਤੇ ਫਿਰ ਇਸ ਤਰ੍ਹਾਂ ਥੋੜ੍ਹਾ ਇਹਦਾ ਦੌਰ ਵੱਧ ਗਿਆ ਉਹ ਥੋੜ੍ਹਾ ਜਿਹਾ ਵੀ ਹਜੇ ਵੀ ਇਹ ਨਾ ਥੋੜ੍ਹਾ ਜਿਹਾ ਪੈਸਿਆਂ ਵਾਲੇ ਪਾਸੇ ਗੇਮ ਥੱਲੇ ਰਹੇ ਠੀਕ ਹੈ ਠੀਕ ਹੈ ਵੀ ਬਾਹਲੀ ਉੱਚੀ ਨਾ ਜਾਵੇ ਪੈਸਿਆਂ ਵਾਲੇ ਪਾਸੇ ਉਹ ਥੋੜ੍ਹਾ ਜਿਹਾ ਹਾਂ ਉਹ ਕਿਤੇ ਨਾ ਕਿਤੇ ਉਹਦਾ ਕਿਸੇ ਸਮੇਂ ਉਹਦਾ ਨਤੀਜਾ ਗਲਤ ਹੀ ਆਊਗਾ ਠੀਕ ਹੈ ਜੀ ਅਤੇ ਇੱਕ ਆਪਾਂ ਨੂੰ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਜੀ ਲੋਕ ਅਤੇ ਉਹ ਕਹਿ ਦਿੰਦੇ ਵੀ ਕਬੂਤਰ ਦੇ ਸੁੱਜਣ ਦਾ ਇਲਾਜ ਕੋਈ ਸੁੱਜਣ ਦੇ ਇਹਦੇ ਕਈ ਕਾਰਨ ਮੰਨ ਜਾਂਦੇ ਆ ਮਤਲਬ ਆਪਾਂ ਕਬੂਤਰ ਡਾਈ ਜਾਂਦੇ ਹਾਂ ਉੜਦਾ ਉੜਦਾ ਜੇ ਕਈ ਵਾਰੀ ਨਾ ਪਤਾ ਲੱਗੇ ਮਾੜਾ ਮੋਟਾ ਪਾਣੀ ਪੂਣੀ ਪੀਏ ਤਾਂ ਵੀ ਸੁੱਜ ਜੂਗਾ ਠੀਕ ਹੈ ਜੀ ਕਈ ਵਾਰੀ ਉੱਤੋਂ ਮੌਸਮ ਖਰਾਬ ਹੋ ਜਾਂਦਾ ਮੌਸਮ ਖਰਾਬੀ ਨਾਲ ਵੀ ਸੁੱਜ ਜਾਂਦਾ ਠੀਕ ਹੈ ਜੀ ਕਈਆਂ ਦੇ ਮੰਨ ਲਾ ਇਹ ਖੂਨ ਬਲੱਡ ਵੀ ਹੁੰਦਾ ਗਾ ਇਹਦਾ ਫਿਰ ਇਲਾਜ ਕੀ ਹੋ ਸਕਦਾ ਜਿਹਦਾ ਇਲਾਜ ਤਾਂ ਅਲੱਗ ਅਲੱਗ ਲੋਕਾਂ ਦੇ ਇਲਾਜ ਆ ਮੰਨ ਲਾ ਜਿਵੇਂ ਅਸੀਂ ਤਾਂ ਦੁਬਾਰੇ ਉਸਨੂੰ ਰੋਕ ਕੇ ਸੁੱਕਾ ਡਾਉਣ ਲੱਗ ਜਾਂਦੇ ਸੀ ਮੰਨ ਲਾ ਜਿਵੇਂ ਵਿੱਚ ਤੇਬਲ 25 ਦੇ ਜਾਂਦੇ ਆ ਤਾਂ ਆਪਾਂ ਮੰਨ ਲਾ ਰਸੌਂਤ ਜੇ ਦੇਤੀ ਜਾਂ ਸ਼ਹਿਦ ਦੇਤਾ ਉਹਦੇ ਨਾਲ ਸੈੱਟ ਹੋ ਜਾਂਦਾ ਫੜਕੜੀ ਫੜਕੜੀ ਮੰਨ ਲਓ ਕਿਤੇ ਠੀਕ ਹੈ ਜੀ ਕਬੂਤਰ ਬਾਜੀ ਵਿੱਚ ਛੱਡਣ ਦੇ ਲਈ ਸਰੀਰ ਦਾ
ਛੋਟਾ ਹੋਣਾ ਵੱਧ ਕੰਮ ਕਰਦਾ ਜਾਂ ਵੱਡਾ ਹੋਣਾ ਇਹਨਾਂ ਨਾਲ ਏਡੇ ਬਾਹਾਂ ਜਿਹੜੇ ਏਡੇ ਕਬੂਤਰਾਂ ਜੀ ਸਾਡੇ ਕੋਲੇ ਉਹ ਤਾਂ ਮੰਨ ਲਾ ਜਾਨਵਰ ਤਾਂ ਜਿਹੜਾ ਗਰਮੀ ਤਾਂ ਜਿਹੜਾ ਛੋਟਾ ਜਾਨਵਰ ਉਹੀ ਹੋਊਗਾ ਉਹਦੀ ਜਿਹੜੀ ਜਾਨਵਰ ਦੀ ਜਿਹੜੀ ਫੈਟਿੰਗ ਹੈ ਉਹ ਆਪ ਹੀ ਮਤਲਬ ਮਾਲਕ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਜਾਨਵਰ ਨੇ ਉੱਡਣੀ ਕਬੂਤਰ ਦੇ ਜਿਹੜੇ ਫਰ ਖੋਲ੍ਹ ਕੇ ਦੇਖਦੇ ਹਾਂ ਆਪਾਂ ਉਹਨਾਂ ਦਾ ਵੀ ਕੋਈ ਡਾਈ 'ਤੇ ਫਰਕ ਪੈਂਦਾ ਉਹਦਾ ਕੀ ਫਰਕ ਪੈਣਾ ਉਹਦਾ ਅਗਲਾ ਫਰ ਤਾਂ ਉਹਨੇ ਖੋਲ੍ਹ ਕੇ ਵੇਖਣੇ ਇਹਨੇ ਖੰਭ ਸਿੱਟਿਆ ਤਾਂ ਨਹੀਂ ਟੁੱਟਿਆ ਤਾਂ ਨਹੀਂ ਵੀ ਅਗਲਾ ਇਹਨੇ ਪਤਾ ਵੀ ਅੱਜ 3200-5200 ਪੈਸੇ ਲਾਵਾਂਗੇ ਵੀ ਉਹ 'ਚ ਕੋਈ ਗੜਬੜ ਤਾਂ ਨਹੀਂ ਕਿਤੇ ਨਵੀਂ ਐਂਟਰੀ ਤਾਂ ਕੋਈ ਸ਼ੁਰੂ ਹੋਈ ਨੀ ਪਰ ਜਦੋਂ ਹੋ ਗਈਆਂ ਤਾਂ ਮਤਲਬ ਜਿਹੜੇ ਜਿਹੜੇ ਗਰੁੱਪਾਂ ਵਾਲੇ ਉਹ ਬੰਦੇ ਆਪ ਵੀ ਕਰ ਲੈਂਦੇ ਹੁੰਦੇ ਹੈਗੇ ਕੋਈ ਨਵੇਂ ਗਰੁੱਪ ਦੇ ਵਿੱਚ ਕਹਿਣਾ ਕਹੁਣਾ ਪੈਂਦਾ ਹੈਗਾ ਠੀਕ ਹੈ ਜੀ ਅਤੇ ਤਕਰੀਬਨ ਮਤਲਬ ਇੱਕ ਦੂਜੇ ਨੂੰ ਕਹਿ ਕਹਾ ਕੇ ਹੋ ਜਾਂਦੇ ਊਂ ਚੱਲ ਅਸੀਂ ਤਾਂ ਫਿਰ ਵੀ ਸਾਰਿਆਂ ਤੋਂ ਫੱਟ ਹੀ ਰਹਿ ਜਾਂਦੇ ਕਿਉਂ ਉਦੋਂ ਮੈਂ ਬਾਹਰ ਰਹਿੰਦਾ ਗੱਡੀ 'ਤੇ ਉਹ ਮੈਨੂੰ ਤਾਂ ਐਂਟਰੀਆਂ ਹੋਈਆਂ ਤਾਂ 8-10 ਦਿਨ ਮਗਰੋਂ ਹੀ ਪਤਾ ਲੱਗਦਾ ਉਹ ਫਿਰ ਚੱਲ ਕਰਾ ਦਿੰਦੇ ਆਪਣੀਆਂ ਐਂਟਰੀਆਂ ਇੱਕ ਮੈਨੂੰ ਪਾਕਿਸਤਾਨ ਤੋਂ ਆਪਣਾ ਭਰਾ ਜੀ ਦਾ ਫੋਨ ਆਉਂਦਾ ਹੁੰਦਾ ਅਤੇ ਉਹ ਕਹਿ ਦਿੰਦੇ ਆ ਵੀ ਆਪਾਂ ਕਬੂਤਰ ਨੂੰ ਜਦੋਂ ਸਾਂਭਦੇ ਹਾਂਗੇ ਠੰਡਾ ਕਰੀ ਜਾਂਦੇ ਹਾਂ ਉਹ ਕਹਿੰਦੇ ਵੀ ਸਾਡੇ ਵੱਲ ਕਬੂਤਰ ਨੂੰ ਰਾਤ ਨੂੰ ਗਰਮ ਕਰਦੇ ਆ ਅਤੇ ਸਵੇਰੇ ਠੰਡਾ ਕਰਕੇ ਡਾਉਂਦੇ ਆ ਕੋਈ ਉਹਨਾਂ ਦਾ ਅਲੱਗ ਸਿਸਟਮ ਹੋਣਾ ਹੈਗਾ ਠੀਕ ਹੈ ਜੀ ਮਤਲਬ ਡਬਲ ਨਹੀਂ ਹੋ ਜਾਂਦਾ ਜੀ ਕੰਮ ਵੀ ਇੱਕ ਪਾਸੇ ਪਤ ਗਰਮ ਕਰ ਲੈਣ ਇੱਕ ਪਾਸੇ ਠੰਡਾ ਕਰ ਬਈ ਉਹਨਾਂ ਦਾ ਤਜਰਬਾ ਹੋਇਆ ਆਪਾਂ ਉਹਨਾਂ ਦੇ ਤਜਰਬੇ 'ਚ ਮੈਂ ਕਿਸੇ ਦੇ ਤਜਰਬੇ 'ਚ ਨਹੀਂ ਵੜਦਾ ਬੜੇ ਲੋਕ ਕਹਿੰਦੇ ਆ ਫਲਾਨੇ ਦੇ ਪਾਣੀ ਦਾ ਰੰਗ ਆ ਉਹ ਮੈਂ ਕਿਸੇ ਦੇ ਪਾਣੀ ਦੇ ਰੰਗ 'ਚ ਨਾਮ ਹੈ ਬੜਾ ਨਾਮ ਹੈ ਕੋਈ ਕੁਛ ਕਰੀ ਜਾਵੇ ਠੀਕ ਹੈ ਜੀ ਊਂ ਆਪਣੇ ਵਾਲਾ ਪਾਣੀ ਕਿੰਨੇ ਚੀਜ਼ਾਂ ਦਾ ਹੁੰਦਾ ਜੀ ਆਪਣਾ ਮੇਰਾ 16-17 ਪਾਣੀ ਹੁੰਦਾ ਹੈ ਕਿੰਨਾ ਖਰਚ ਆ ਜਾਂਦਾ ਜੀ ਖਰਚ ਹੁੰਦਾ ਇਹਦਾ ਜਿੰਨਾ ਮਰਜ਼ੀ ਵਧਾ ਲਾ ਖਰਚ ਹੁੰਦਾ ਜੇ ਜੀ ਆਪਾਂ ਮਤਲਬ ਆਈਟਮ ਪਾ ਲੈਣੀ ਆ ਵਿੱਚ ਮਹਿੰਗੀ ਸਸਤੀ ਮਹਿੰਗੀਆਂ ਸਸਤੀਆਂ ਤਾਂ ਠੀਕ ਹੈ ਜੀ ਜਿਵੇਂ ਹੁਣ ਦਿਨ ਗਰਮ ਹੋ ਗਿਆ ਜੀ ਜ਼ਿਆਦਾ ਆਪਾਂ ਨੂੰ ਬਦਾਮ ਵੱਧ ਲਾਉਣੇ ਫਾਇਦੇਮੰਦ ਰਹਿੰਦੇ ਜਾਂ ਘੱਟ ਲਾਉਣੇ ਫਾਇਦੇਮੰਦ ਰਹਿੰਦੇ ਜਿੰਨੀ ਡੋਜ਼ ਹੈ ਜੀ ਠੀਕ ਹੈ ਜੀ ਡੋਜ਼ ਦੇ ਹਿਸਾਬ ਨਾਲ ਲਾਉਣੇ ਡੋਜ਼ ਦੇ ਹਿਸਾਬ ਬਾਕੀ ਆਪਣੇ ਜਾਨਵਰ ਦੇ ਹਿਸਾਬ ਨਾਲ ਹਾਂ ਬਸ ਜਾਨਵਰ ਦੀ ਪਤਾ ਹੀ ਹੁੰਦਾ ਸਾਨੂੰ ਵੀ ਇਹ ਇੰਨੇ ਕੁ ਬਦਾਮ ਹਾਜ਼ਮ ਕਰਦਾ ਉੰਨੀ ਕੁ ਡੋਜ਼ 'ਤੇ ਉਹਨੂੰ ਅਸੀਂ ਲੈ ਕੇ ਜਾਣਾ ਜਦੋਂ ਬਾਜੀ ਛੱਡਣਾ ਸਾਨੂੰ ਪਤਾ ਹੁੰਦਾ ਵੀ ਇੰਨੇ ਤਾਪ 45-46 ਡਿਗਰੀ ਹੈ ਅਤੇ ਵੀ ਇਹਨੇ ਇੰਨੇ ਬਦਾਮਾਂ ਨੇ ਉੱਡਣਾ ਹੈਗਾ ਉਹ ਸਾਨੂੰ ਆਪ ਨਹੀਂ ਪਤਾ ਹੁੰਦਾ ਉਹ ਉਨੇ ਕੁ ਉਸ ਨੂੰ ਦਬਾ ਕੇ ਰੱਖਣਾ ਜਦੋਂ ਆਪਾਂ ਕਬੂਤਰ ਨੂੰ ਸਾਂਭਦੇ ਹਾਂ ਉਦੋਂ ਵੀ ਟੈਂਪਰੇਚਰ ਤਾਂ ਕੋਈ ਦੇਖਣਾ ਪੈਂਦਾ ਜੀ ਉਹ ਤਾਂ ਦੇਖਣਾ ਹੀ ਪਊਗਾ ਬਾਜੀ ਤਾਂ ਆਪਾਂ ਕੱਲ੍ਹ ਨੂੰ ਛੱਡਣੀ ਹੈ ਜਿਵੇਂ ਹੁਣ ਕੱਲ੍ਹ ਨੂੰ ਛੱਡਣੀ ਹੈ ਜੀ ਕੱਲ੍ਹ ਨੂੰ ਬਾਜੀ ਛੱਡਣੀ ਹੈ ਉਹਦਾ ਟੈਂਪਰੇਚਰ ਦਾ ਤਾਂ ਅੱਜ ਹੀ ਗੇੜ ਲਾਉਣਾ ਪੈਣਾ ਵੀ ਕੱਲ੍ਹ ਨੂੰ ਕਿੰਨਾ ਹੋਊਗਾ ਵੀ ਜਿਹੜੇ ਟੈਂਪਰੇਚਰ 'ਚ ਆਪਾਂ ਸਾਂਭ ਰਹੇ ਹਾਂ ਉਹਦੇ ਵੀ ਦੇਖਣਾ ਪੈਂਦਾ ਜੀ ਹਾਂ ਉਹ ਤਾਂ ਦੇਖਣਾ ਹੀ ਪਊ ਨਾ ਕੱਲ੍ਹ ਨੂੰ ਮਤਲਬ ਤੇਰੇ ਕੋਲ 45 ਡਿਗਰੀ ਦਾ ਟੈਂਪਰੇਚਰ ਹੈ ਹਾਂਜੀ ਉਹ ਤੂੰ ਅੱਜ ਵੇਖੇ ਕੱਲ੍ਹ ਨੂੰ 45 ਹੈ ਵੀ ਇਹਨੂੰ ਕਿੱਥੇ ਸਾਂਭੀਏ ਕਿੰਨੇ ਨੂੰ ਬਦਾਮ ਦਈਏ ਕਿੰਨਾ ਪਾਣੀ ਦਈਏ ਠੀਕ ਹੈ ਜੀ ਜਦੋਂ ਤੁਸੀਂ ਮੋਹਨ ਸਿੰਘ ਜੀ ਉਹਨਾਂ ਨਾਲ ਕਬੂਤਰ ਡਾਉਂਦੇ ਸੀਗੇ ਉਦੋਂ ਫਿਰ ਉਦੋਂ ਤੁਸੀਂ ਦੱਸਦੇ ਵੀ ਗਰਮੀ ਬਹੁਤ ਪੈਂਦੀ ਸੀ ਉਹ ਏਰੀਏ ਦੇ ਵਿੱਚ ਉਦੋਂ ਫਿਰ ਕਿੰਨੇ ਕੁ ਬਦਾਮ ਬਦੂਮ ਲਾ ਕੇ ਸਾਂਭਦੇ ਹੁੰਦੇ ਸੀਗੇ ਜਿਹੜੇ ਹਿਸਾਬ ਨਾਲ ਉਸ ਟਾਈਮ ਦੀ ਗਰਮੀ ਪੈਂਦੀ ਸੀ ਠੀਕ ਹੈ ਐਂ ਤਾਂ ਹੁਣ ਮੈਂ ਤੈਨੂੰ ਕਹਿ ਨਹੀਂ ਲੱਗਿਆ ਵੀ ਅਸੀਂ 8 ਦਿੰਦੇ ਸੀ ਜਾਂ 3 ਉਹ ਤਾਂ ਠੀਕ ਹੈ ਜੀ ਉਹ ਤਾਂ ਨਹੀਂ ਮੈਂ ਕਹਿੰਦਾ ਠੀਕ ਹੈ ਸਹੀ ਗੱਲ ਆ ਹੁਣ ਜੀ ਆਪਣੇ ਕੋਲ ਜਾਨਵਰ ਕਿਹੜੀਆਂ ਕਿਹੜੀਆਂ ਨਸਲਾਂ ਦੇ ਨੇ ਜਾਨਵਰ ਮਤਲਬ ਆਪਣੇ ਕੋਲ ਗੜਿਆਂ ਵਾਲਾ ਬਲੱਡ ਹੈ ਠੀਕ ਹੈ ਜੀ ਅਤੇ ਆਪਣਾ ਬਾਂਤਾ ਬਲਮ ਗੜੀਆ ਉਹ ਬਲੱਡ ਦੇ ਕਬੂਤਰ ਵੀ ਹੈਗੇ ਮੀਰਾ ਵਾਲੇ ਬਲੱਡ ਦੇ ਵੀ ਹੈਗੇ ਆ ਮਤਲਬ ਨਾ ਤਾਂ ਇਹ ਪੁਰਾਣੇ ਬਜ਼ੁਰਗਾਂ ਦੀ ਚੱਲਣਾ ਹੈਗਾ ਜੇ ਮਤਲਬ ਵੀ ਅੱਜ ਮੈਂ ਬਾਜੀ ਜਿੱਤ ਕੇ ਮੈਂ ਆਖਾਂ ਵੀ ਮੇਰੇ ਨਾਲ ਉੱਡਦੇ ਨਾ ਉਹ ਨਹੀਂ ਨਾ ਤਾਂ ਉਹ ਪੁਰਾਣੇ ਵਾਲਿਆਂ ਦੇ ਉਹ ਆਉਣਗੇ ਅਤੇ ਉਹਨਾਂ ਦੇ ਬਲੱਡ ਤੋਂ ਹੀ ਇਹ ਮਤਲਬ ਵੀ ਬਲੱਡ ਤਿਆਰ ਹੋਏਗੇ ਚਲੋ ਨਾ ਤਾਂ ਗਾਂਹ ਹੁਣ ਪਈ ਜਾਣੇ ਆ ਜਿਵੇਂ ਮਤਲਬ ਜਿੱਥੇ ਬਾਜੀ ਛੱਡਿਆ ਬਾਜੀ ਉੱਡਿਆ ਉਹ ਪਿੰਡ ਦਾ ਪੈਣ ਲੱਗ ਜਾਂਦਾ ਹੁਣ ਜਿਵੇਂ ਜੱਸੋਵਾਲ ਕਬੂਤਰ ਹੈ ਤਾਂ ਪੁੰਨੂ ਕਿਆਲੇ ਕਬੂਤਰ ਉਹ ਜੱਸੋਵਾਲ ਪਿੰਡ ਛੱਡਿਆ ਸੀ ਉਹਦਾ ਨਾਂ ਪੈਣ ਲੱਗ ਗਿਆ ਠੀਕ ਹੈ ਜੀ ਤੁਹਾਨੂੰ ਇਹ ਜਿਹੜੀ ਕਬੂਤਰਬਾਜੀ ਹੈ ਜੀ ਇਹ ਕੀ ਲੱਗਦਾ ਵੀ ਕਿੱਥੋਂ ਸ਼ੁਰੂ ਹੋਈ ਹੈ ਜੀ ਕਿਵੇਂ ਕਿੱਥੋਂ ਕਦੇ ਤੁਸੀਂ ਪੁਰਾਣੇ ਕਬੂਤਰਬਾਜ਼ ਨਾਲ ਰਹੇ ਹੋ ਕਦੇ ਪਤਾ ਲੱਗਿਆ ਵੀ ਮੇਰੀ ਜਿਹੜੀ ਖੇਡ ਹੈ ਕਿਵੇਂ ਕਿੱਥੋਂ ਸ਼ੁਰੂ ਹੋਈ ਹੈ ਨਹੀਂ ਇੰਨੀ ਮੈਂ ਨਹੀਂ ਉਦੋਂ ਇੰਨੀ ਗੌਰ ਗੂਰ ਨਹੀਂ ਕਰਦੇ ਇਹ ਤਾਂ ਹੁਣ ਮੱਲਾ ਜਦੋਂ ਮੈਂ ਤਾਂ ਜਦੋਂ ਹੁਣ ਸਰਦਾਰ ਕੋਲ ਗਿਆ ਮੈਂ ਤਾਂ ਉੱਥੇ ਹੀ ਸੋਚੂਗਾ ਵੀ ਮੈਨੂੰ ਤਾਂ ਉੱਥੇ ਹੀ ਉਹ ਸ਼ੁਰੂ ਲੱਗੀ ਹੈ ਹੈ ਤਾਂ ਉਦੋਂ ਪਹਿਲਾਂ ਵੀ ਚੱਲ ਆਪਾਂ ਕਹੀ ਪਹਿਲਾਂ ਦੇ ਹਾਂ ਵੀ ਕੌਣ ਬੰਦੇ ਪਹਿਲਾਂ ਛੱਡਦੇ ਕੌਣ ਨਹੀਂ ਠੀਕ ਹੈ ਜੀ ਅਤੇ ਇੱਕ ਬਾਈ ਜਿਵੇਂ ਆਪਾਂ ਬਾਈ ਜੀ ਨੂੰ ਪੁੱਛਿਆ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਬਦਾਮਾਂ ਬਾਰੇ ਪੁੱਛਿਆ ਅਤੇ ਚਲੋ ਮੈਨੂੰ ਪੁੱਛਣਾ ਪਿਆ
क्योंकि कमेंट करते लगातार बंदे कहते रहते भी यार गेम बारे पूछा करो गेम बारे पूछा करो पर जी गेम हैगी बंदे बंदे दे लड़ लगना पैंदा आके शिखर दुपहरे के मचना पैंदा छतरियां तो कबूतर लाने पैंदे आ भड़काने पैंदे आ बाजियां ते जाना पैंदा आपदे उस्ताद दे नाल फिर जाके बहुत लंबा समा लगता इस चीज़ के फिर जाके जी बंदे गेम सीखन को मिलती है। मैं थोड़े कहे तो पुछ लिया पर सोनू ये दसण का फर्ज मेरा यही आ भी जे जे आप पुछते हाँ ना तो जोड़े बंदे तो पुछते हैं वास्ते दसना सही है ना ही अपने वास्ते पुछना सही है क्योंकि जी ये चीज है कि जे आप एक बंदे घरे बैठे दस दें पढ़ते की गेम है पढ़ते की गेम है जी एक बंदे आप घरे बैठे दस दें बंदा मोबाइल देखी जाता वे घरे बैठा इस चीज बैठे पता लग गया गेम की आ दूजे बंदे जिहड़े बंदे धुप्पां दे विच मरदे आ बाजियां ते जांदे आ कई बार बाजियां उत्ते बंदे नूं पानी भी पीण नूं नहीं मिलदा हैगा मैं भाई आप भी जाके देखिया बाजियां उत्ते बधेरियां ते गए आ पानी भी पीण नूं नहीं मिलदा हैगा ते अथ ने जदों कबूतर बंदे ने जित्तिया वा फड़ना हुंदा आपदा जिहड़ा उह संघर्ष हैगा उह तुसीं जाके बाजियां ते देखो भी की हुंदा गा पता नहीं तुहानूं किहे जिहे बंदे दी मेहनत करनी पैजे इह नहीं पता तुहानूं घर वाला मूहरों गाल कढे कि उहनूं की बोले सही है सो उह बंदे जिहड़े होणगे उह संघर्ष करन वाले बंदे होणगे वह बंदे इस चीज़ के उत्ते नाराजगी जताउणगे भी यार एक पासे बंदे नूं घरे बैठे नूं पता लग गया दूजे पासे असीं बाजियां उत्ते लमकदे फिरदे आ वह बाई जी उन्हां नाल भी आ के इतराज करनगे भी तुसीं जी उहदे उत्ते फोन ते दस्सी जांदे हो ते असीं इन्ने टाइम दे तुहाडे मगर फिरदे सानूं तां तुसीं दस्सिया नहीं हैगा सो वह चीज़ भी जिहड़ी हैगी हैगी तां ही नहीं असीं पुछदे हुंदे नहीं साडा सानूं की आ सानूं तां साडी TRP मिलनी है जी जे असीं दस्सांगे तुसीं अगे दी अगे शेयर करोगे साडी आह देखो जी वीडियो दे विच पाणी दस्सता ऐ दस्सता बाकी जिहड़े बंदे भी YouTube दे उप्पर दस्सदे हुंदे आ कि मतलब घरे बह के जे मैं आप वीडियो पा दें भी आह देखो जी पानी वो चीज़ों भाई बाजियां नहीं जितियां नहीं जितियां जाए मेहनत हाँ मेहनत सब तो पहला मेहनत जानवर फिर सियाल की मेहनत हो जे मान ला मैं 40 दिन गड्डी तो छुट्टी मिलती जे मैं आखा भी मैं 40 दिन के बच्चे ही वह कर दूँ नहीं उस जो उन्होंने मान ला जे सामने वाले बंद जानवर से भी हो जिन्हें भी अपने गल बचाले कबूतरबाज ने इन्हों कोई सुनेहा जी स्नेहा तो इन्हों यही है भी चाहे साल 6 महीने बद लग जा एक मतलब जो लड़ लगना वधिया बंदे लड़ लग जा ठीक है जो एक साल ना दसो दूजे साल दसो दूजे ना तीजे दसो तीजे तो दसू ही हाँ जी ठीक है ना तो मतलब होर नशे पते तो बच के रहन किसी तो मतलब चोरी चपटे तो कई बार जिमें कहते यार दूरी यार छड़ता वह करता यह जी चीज़ों तो भी बच के रहन थोड़ा सच न सच कह ठीक है जी तो वह गल चंगी होंगी है भी कई वारी ना मतलब जिमें चलो हम तो बहुत फर्क पै गया कापियां वाले भी बहुत बेचारे सच्चाई ना हो रहा है चलो वड्डी चीज़ है भुलेखा पै जाता ये एडा नहीं कोई मतलब कोई पिंडों बहर जाके पानी बज के आ गया ना पता लगे वह तो एक वक्री गल है तो यह जे कमां तो बचा हो जाए चंगा ही होंगे लड़ाई पढ़ाई तो बचा रहे ग्रुपां च पार्टियां बाजियां च ना वड़न एक छोटी जी गल पे हार नू हार मान लैन तो एक बई जी कई बार कबूतर ना अथरे जाके भज जाते हैं 3 बजे 3:30 बजे बंदे कह दें भज जाते हैं उदा की कारण हो सकता जी उदा मतलब जो उस टाइम कबूतर चक्करां चुक्करां नू चाढ़दे आ उदों सारे कबूतर फसे हुए होंगे फस के मारे चक्कर 10 कबूतर ले गए तो कितने ना कितने उत्थे मुकद्दर भी हार दे जांदा जो कबूतरबाजी दे विच जिवें तुसीं कहे मुकद्दर भी हारदा कबूतरबाजी दे विच किस्मत किन्ना काम करदी है जी ज्यादा पैस किस्मत ठीक है जी तू खड़ारी है तू मैं खड़ारी है आपां जानवर 50 कबूतरां ही छड़ता अपना दसां च फिरदा आपां वधिया खड़ारी हां जिहड़ा पैसा उह मुकद्दर ना आऊगा जे तेरे मेरे मुकद्दर च पैसा उह किधरे नहीं जांदा जदों है ही नहीं तां फिर आपां जो मगर चार रहिंदे सांझी हुंदी हुंदी उह वी तुर जांदा या टाइम च नहीं आता बड़ा कुछ हो जाता कद ए हो जी भी हथ ने जाके जो ए जमा जितया हुआ कबूतर कई बार बहर करता हो जी बड़े बारी फिर उदो कि दुख हों जी वो मन में समझा के उतरे ही था भी अपने नहीं पैसे मुकद्दर चे कई बार मतलब नवा बंदा यार आपको बी धक्के हराता वो करता फिर कह दे कोई गल नहीं ये अपने मुकद्दर च नहीं सी अपने ना ही होनी सी बहुत बारी हो जाती दोस्तों जिमें तुम देखा आपां बाई जी उन्हां नाल गलबात की इन्होंने भी आपां नूं जित्थों तक हो सकिया दस्सिया गया कबूतरबाजी के बारे आपदी लाइफ बारे भी दस्सिया तो बाकी बाई जी उन्हां दे आपां कबूतर देखते हैं तो अगली वीडियो भी आपां जल्दी लैके थोड़े वास्ते किसी वधिया प्लेयर दी जिवें तुसीं सानूं फोन करदे सी जां कमेंट भी आउंदे मैसेज आउंदे सीगे भी बाई उन्हां दे नाल गलबात करनी आ बहुत ही वधिया प्लेयर ने बहुत ही
समा हो गया इन्होंने कबूतरबाजी के वड्डी गल ये पंजाब दी जिथों कबूतरबाजी चली है करीम उन्होंने नाल इन्होंने 12 साल जिहड़ा हैगा कबूतरबाजी की संघर्ष करिया ते उत्थे सिगरदी की आ उन्हां उस्तादां तों सिख्या गा उन्हां दे नाल रहे आ ते जिवें मैं पहलां गल करके हटिया भी धुप्पां दे विच बंदे नूं आपदा आप मचाउणा पैंदा गा उत्थे जाके इन्हां ने अपना आप मचाया गा। सो बाई दा ही बहुत बहुत धन्नवाद भी इन्हां ने सानूं टाइम दिता क्योंकि साडा मौके ते ही काम बन गया। बाई नूं जांदे नूं देख लिया भी चली सीगे बस एक सैकेंड दे विच ही परमात्मा ने मिलाता। तो बाकी बाई जी कबूतर दिखाउणे आ तुहानूं ते अगली वीडियो भी आपां जल्दी लैके हाजिर होवांगे। जिन्हां ने चैनल में हजे तक सबसक्राइब नहीं करया चैनल में सबसक्राइब जरूर कर लो ताकि जिहड़ियां साडियां आउण वालियां होर भी वीडियो होणगियां आसानी नाल तुहाडे तक पहुँच। भाई जी आ कि कबूतर च जी ये जी बंत बलमगढ़ वाला उस ब्लड दे किन्ना क टाइम होगा जी कबूतर नूं अपने कोले? इह तां इहनां नूं खासे साल हो गए अपने नाल। ठीक है जी मतलब अपने कबूतर लिहाज बहुत उदों तों बस आए हुए दिखा दे बई मार के चंगी तरह बहुत चंगे कबूतर है बहुत जोर लाते पेंड नहीं छड़ते। ठीक है जी बहुत चंगे ही उड़ते जिन्ना भी इन्हें रिजल्ट बहुत चंगा ही पेंड छड़न वाली प्रॉब्लम बड़ी है जी कबूतर आम ही हर बंदा कह दिंदा यार बहुत है भी पेंड छड़ जांदा पर बहुत घट्ट। ठीक है जी बाकी फिर आपदे होर अटैच कर लईदा ये है जी जसोवाल का है तो वैसे पुनू वाले का भी ठीक है मतलब तू आता ये जमा चिट्टिया ने कढ़िया जमा चिट्टिया ने रत्ता कढ़िया हाँ जमा चिट्टिया ने वो मतलब बंत वाले कढ़ जाते हैं जी ਇਹ ਕਿੰਨੇ ਟਾਈਮ ਦਾ ਕਬੂਤਰ ਆਪਣੇ ਕੋਲ ਹੈ ਤਾਂ ਵੀ ਪੁਰਾਣਾ ਹੀ ਹੈ ਮਤਲਬ ਹੈਗੇ 7-7 8-8 ਸਾਲਾਂ ਦੇ ਸਾਲੇ ਪੁਰਾਣੇ ਹੀ ਇਹ ਇਹ ਮਤਲਬ ਬਠਿੰਡਾ ਸੀ ਬਿੱਲੇ ਠੀਕ ਹੈ ਜੀ ਬਠਿੰਡੇ ਵਾਲਾ ਬਿੱਲਾ उस ब्लड चो इन्हां दे विच माला रोडे वालिआं दी गुगड़ वालिआं दी वह ब्लड चो इन्हां च हज़ार वालिआं दी भी मिस है जी ना फड़ के ठीक है जी इन्हां च हज़ार वाले तो यह माला सारा ग्रुप इकट्ठा ही सीगा ये मतलब जो मैं सरदार कोले रहिंदा सी ठीक है जी बिल्ला सी गुगड़ सी रोडे वर्गे बहुत चंगे इहदे च हज़ार वालिआं दा अद्धो वांगू ही खून है इन्हां दा बहुत चंगे इन्हों का रिजल्ट है बहुत पिंड पुंड तो नहीं छड़ते जी चलो जू जावड़ा तो वक्री गल है पर मतलब जो जो पे चढ़ जाए तो मारी जाते बेचारे। ठीक है जी दिखा दे चंगी तरह ये मतलब जो गरवाज के घरों खोटी छड़े उही है ना ये मतलब असी ना कबूतर खोटी छड़िया सी पर इन्हां दे विच ब्लड गड़ियां वाले का ठीक है जी गड़ियां वाले कबूतर मतलब गड़ियां वाले की हिस्ट्री है जी की मतलब गड़ियां वाले कबूतर बने तो सीगे बोगे वाले कबूतरों चो ठीक है जी पर यह मतलब सरदार को मतलब बोगे वाले कबूतर बाले उच्चे उड़ते थे भैड़े से निकलन दी ठीक है ये बगराड़ी वाले ना मिला के बचाले कर ले मतलब अद्ध ही उड़ी जाते हम ठीक है जी इन्ने वधिया कबूतर है ये तो पेंट तो इन्होंने की छड़ना अद्ध बचाले उड़ उड़े उत्थे ही गड़े गुड़े किरा मिला गड़े आ गए थे सारे भरा दें हूँ भी इन्हें चो कोई ना कोई कबूतर इस तरह कर दिता कि तूफान आ जाए किन्ने मीह गड़े आ जाए मतलब फिर रेंदे बहुत बहुत करके गड़े हाँ फिर ना गड़े वाले रख ठीक है जानवर ठीक
ਕਿਹੜੇ ਕਬੂਤਰਾਂ ਨਾਲ ਪਾ ਕੇ ਚੰਗੇ ਰਹਿੰਦੇ ਜੀ? ਇਹ ਆਪਸ ਵਿੱਚ ਵੀ ਚੰਗੇ ਰਹਿੰਦੇ ਆ, ਚਾਹੇ ਮੱਲਾ ਪੁੰਨੂ ਕਿਆਲਾ ਨਾਲ ਲਾ ਲਓ, ਇਹਨਾਂ ਥੋੜ੍ਹੇ ਪੱਧਰੇ ਉੱਡਦੇ ਜਾਣ ਕੇ, ਇਹ ਚੱਲਦੇ ਥੋੜ੍ਹੇ ਜਿਹੇ ਵਾਹਵਾ ਦਿਨਾਂ 'ਚ, ਜੇ ਵਿੱਚ ਕਬੂਤਰ 26-27 ਦਿਨਾਂ 'ਚ ਬਾਜੀ ਛੁੱਟ ਜਾਂਦੇ ਆ, ਇਹ ਤਾਂ ਖਣੀ 40 ਦਿਨ ਤਾਂ ਉੱਡਦੇ ਉੱਡਦੇ ਹੀ ਲੈ ਜਾਣ। ਠੀਕ ਹੈ ਜੀ, ਆਹ ਦੇਖ ਸਕਦੇ ਹਾਂ ਦੋਸਤੋ ਤੁਸੀਂ, ਪਿਓਰ ਮੀਰਾਵ ਆ ਇਹ। ਮੀਰਾਵ ਕਬੂਤਰ ਵੀ ਪੰਜਾਬ ਦੇ ਮਸ਼ਹੂਰ ਕਬੂਤਰ ਨੇ, ਹਰ ਇੱਕ ਖਿਡਾਰੀ ਕੋਲ ਇਹਨਾਂ ਕਬੂਤਰਾਂ ਦੀ ਗੱਲ ਹੁੰਦੀ ਆ ਜਿੱਥੇ ਵੀ ਆਪਾਂ ਇੰਟਰਵਿਊ ਕਰਨ ਜਾਂਦੇ ਹਾਂ। ਪਿਓਰ ਮੀਰਾਵ 'ਚੋਂ ਆਉਂਦੇ ਆ ਇਹ। ਆ ਇੱਕ ਕਾਲੀ ਫੜ ਆ ਇੱਧਰੋਂ, ਇਹ ਵੇਖ ਜਮਾਂ ਚਿੱਟਿਆਂ ਦੀ ਕੱਢੀ ਹੈ, ਇਹ ਪਿਓਰ ਮੰਤ ਵਾਲਿਆਂ ਦੀ ਹੈ। ਮਤਲਬ ਜਿਹਨੂੰ ਚਾਹੇ ਇਹਨੂੰ ਜੱਸੋਵਾਲ 'ਚ ਜੋੜ ਲਾ, ਪੁੰਨੂ ਵਾਲਾਂ 'ਚ ਜੋੜ ਲਾ। ਠੀਕ ਹੈ ਜੀ, ਪਿਓਰ ਚਿੱਟਿਆਂ ਦੀ ਹੈ ਜਮਾਂ, ਪਿਓਰ ਚਿੱਟਿਆਂ ਦੀ ਨਹੀਂ। ਕਿਵੇਂ ਝੋਲੀ ਦੀ ਹੈ ਜੀ ਇਹ? ਝੋਲੀ ਤਾਂ ਪਤਾ ਨਹੀਂ, ਕਹਿੰਦੇ 10ਵੀਂ ਦੀ ਹੋਵੇ, ਕਿਹੜੀ ਦੀ ਹੋਵੇ। ਠੀਕ ਹੈ ਜੀ, ਬਾਬਾ ਟਾਈਮ ਬਾਅਦ ਕੱਢੀ ਹੈ। ਹਾਂ, ਅਤੇ ਮੰਨ ਲਾ ਇਹੋ ਜਿਹਾ ਜਿਹੜਾ ਕੋਈ ਕੱਢਦਾ ਹੁੰਦਾ ਸੀ ਬੱਚਿਆਂ ਨੂੰ ਰੱਖ ਲਈ। ਜਿਹੜਿਆਂ ਨੇ ਕੱਢੀ ਚਿੱਟਿਆਂ ਨੇ ਉਹ ਕਿਹੜੇ ਸੀਗੇ ਜੀ? ਆ ਇਹ ਵਿੱਚੀ ਹੈ ਬੰਤ ਵਾਲਿਆਂ ਦੀ ਹੈ। ਠੀਕ ਹੈ ਜੀ, ਅਤੇ ਸਪੈਸ਼ਲ ਬੱਚਿਆਂ ਨੇ ਰੱਖੀ ਹੈ ਬਸ। ਠੀਕ ਹੈ ਜੀ, ਉੜਦੀਆਂ ਬਹੁਤ ਜ਼ਿਆਦਾ, ਅੜਾੜੂ ਕੇ ਦੇਖੀ ਜੀ? ਮਖਾ ਬਥੇਰੀਆਂ ਉੜਦੀਆਂ, ਲੋਆਂ ਲੋਆਂ 'ਚ ਗਰਦਾਂ ਹੀ ਡੋਲਦੀਆਂ। ਠੀਕ ਹੈ ਜੀ, ਤਾਂ ਹੀ ਬੱਚਿਆਂ 'ਚ ਕਰਦੇ। ਫਿਰ ਇਹ ਜਿਹਾ ਮਤਲਬ ਕੋਈ ਕੋਈ ਕੱਢਦੇ ਆ ਨਾ, ਉਹ ਤਾਂ ਰੱਖ ਹੀ ਲਈਦਾ, ਮੈਂ ਰਖਾ ਹੀ ਦਿੰਦਾ ਹੁੰਦਾ। ਠੀਕ ਹੈ ਜੀ, ਇਹਦਾ ਫਿਰ ਇੰਨਾ ਥੋੜ੍ਹੇ ਜਿਹੇ ਕਬੂਤਰ ਪਾ ਕੇ ਲਿਆਉਂਦੇ ਆ, ਬਾਕੀ ਤਾਂ ਚੱਲ ਫਿਰ ਤੈਨੂੰ। ਠੀਕ ਹੈ, ਠੀਕ ਹੈ, ਸਟਾਕ ਤਾਂ ਫਿਰ ਅਸੀਂ ਪਾਸੇ ਹੀ ਰੱਖਦੇ ਹਾਂ ਸਾਰਾ। ਇਹ ਤਾਂ ਹੈਗਾ ਜੀ, ਪਿਓਰ 1000 ਵਾਲਿਆਂ 'ਚੋਂ ਜੀ ਕਬੂਤਰ। ਦੇਖ ਕਾਂਤਾਂ ਦੀਆਂ ਜਿਹੜਾ ਉੱਤੋਂ ਦੀਆਂ ਲੰਘਦੀਆਂ, ਆਮ ਕਬੂਤਰਾਂ ਨੂੰ ਬਹੁਤ ਫਰ ਲੰਬੇ ਇਹਨਾਂ ਦੇ। ਆਹ ਦੇਖਦੇ ਹੋ, ਦੇਖ ਸਕਦੇ ਹੋ ਬਾਈ ਜੀ ਤੁਸੀਂ ਸਾਰੇ ਜਾਣੇ, ਪਿਓਰ 1000 ਵਾਲਿਆਂ 'ਚੋਂ ਹੈ। ਖੰਭ ਪੱਲੇ ਕਿੱਡੇ ਕਿੱਡੇ ਖੋਲ ਕੇ ਬਾਹਰ, ਦਿਖਾ ਰਹੇ ਚੰਗੀ ਤਰ੍ਹਾਂ, ਬਾਅਦ 'ਚ ਕਰ ਲਈ ਫਿਰ ਵਧੀਆ ਦੇਖਣਾ। ਇਹ ਹੈਗੇ ਜੀ ਪਿਓਰ 1000 ਵਾਲੇ। ਨੋਕ ਪਹਿਲਾਂ ਕਾਲੀ ਸੀਗੀ ਜੀ? ਉਸ ਇਹ ਜੀ ਬਦਲ ਜਾਂਦੇ ਨੋਕ ਤਾਂ, ਮਾੜੀ ਮੋਟੀ ਇੰਨੀ ਕੁ ਤਾਂ ਕੱਢ ਹੀ ਜਾਂਦੇ ਆ, ਕਿਉਂ ਗਾਂ ਦੀ ਗਾਂ ਮੱਲਾ ਮਿਲਾਏ ਹੁੰਦੇ ਆ। ਠੀਕ ਹੈ ਜੀ, ਇਹ ਕਿਵੇਂ ਉੱਡਿਆ ਸੀਗਾ ਜੀ? ਬਹੁਤ ਚੰਗੇ ਉੱਡਦੇ। ਠੀਕ ਹੈ ਜੀ, ਆ ਪਿਓਰ ਜਿਹੜੇ ਕੰਡਾ ਮੰਨੇ ਵਾਲੇ ਸੰਤ ਵਾਲੇ ਵੱਜਦੇ ਆ, ਸਾਧ ਵਾਲੀ ਕਬੂਤਰ ਕਹਿ ਲਓ। ਹਾਂਜੀ ਹਾਂਜੀ, ਦੇਖ ਸਕਦੇ ਹੋ ਜੀ ਇਹਨਾਂ ਦੀ ਕੀ ਹਿਸਟਰੀ ਹੈ ਜੀ ਕਬੂਤਰਾਂ ਦੀ? ਇਹ ਵੀ ਕਬੂਤਰ ਲੋਕ ਨੂੰ ਬਹੁਤ ਉੱਡਦੇ ਆ, ਅਤੇ ਮਤਲਬ ਪਿੰਡ ਨਹੀਂ ਛੱਡਦੇ। ਠੀਕ ਹੈ ਜੀ, ਪਿਛੋਕੜ ਇਹਨਾਂ ਦਾ ਵੀ ਵੈਸੇ ਭਾਗ ਸਿੰਘ ਵਾਲੀ ਖੱਟੀਆਂ ਵਾਲੀ, ਮਤਲਬ ਭਾਗ ਸਿੰਘ ਕਿਲੇ ਵਾਲਾ ਸੀਗਾ, ਉਸ ਬਲੱਡ 'ਚੋਂ ਇਹ ਅੱਗੇ ਜੱਗੇ ਜਿਵੇਂ ਤੁਸੀਂ ਦੱਸਿਆ ਜੀ ਪਾੜ ਕੇ ਲਾਈ ਗਏ, ਉਵੇਂ ਦੀ ਉਵੇਂ ਨਸਲਾਂ ਬਣੀ ਗਈਆਂ, ਉਵੇਂ ਦੀ ਉਵੇਂ ਬਣੀ ਜਾਂਦੀ। ਠੀਕ ਹੈ ਜੀ, ਦਿਖਾ ਦੇ ਚੰਗੀ ਤਰ੍ਹਾਂ, ਦੇਖ ਲਓ ਬਾਈ ਜੀ ਧਿਆਨ ਨਾਲ, ਆਪਦੇ ਵਾਲਿਆਂ ਨਾਲ ਜਾ ਕੇ ਮਿਲਾ ਕੇ ਦੇਖ ਲਿਓ। ਹੁਣ ਮੰਨ ਲਾ ਇੰਨੇ ਆਪਾਂ ਵਧੀਆ ਥਾਂ ਰਹਿ ਗਏ, ਫਿਰ ਮੈਂ ਮਾੜਾ ਕਬੂਤਰ ਕਿਉਂ? ਮੈਂ ਕਿਸੇ ਦੇ ਮਾੜੇ ਖਿਡਾਰੀ ਤੋਂ ਮੈਂ ਕਬੂਤਰ ਨਹੀਂ ਲੈ ਕੇ ਆਇਆ, ਮੈਂ ਕਦੇ ਵੀ ਕਬੂਤਰ ਨਹੀਂ ਮੰਗਦਾ ਹੁੰਦਾ। ਕਬੂਤਰ ਭੂਰੀ ਤੋਂ ਲੈ ਕੇ ਆਇਆ ਸੀ, ਮਾਹੂਆਣੇ ਤੋਂ 2 ਸਾਲ ਮੰਗਦਾ ਰਿਹਾ, 2 ਜੋੜੀਆਂ ਮੰਗੀਆਂ, ਉਹਨੇ 1 ਦਿੱਤੀ, ਭੂਰੀ ਟੋਪ ਦੀ ਦਿੱਤੀ। ਬੰਤ ਤੋਂ ਬੜੇ ਲੋਕ ਕਬੂਤਰ ਲੈਂਦੇ ਆ, ਆਪਾਂ 1 ਵਾਰੀ ਉਹਦੇ ਤੋਂ ਮੰਗੇ ਅਤੇ 1 ਵਾਰੀ ਐਂ ਪੂਰੇ ਟੋਪ ਦੇ। ਜਿਹੜਾ ਮੰਨ ਲਾ ਉਹਦਾ ਸਭ ਤੋਂ ਬਾਹਲਾ ਭੈੜਾ ਕਬੂਤਰ ਸੀਗਾ, ਉਹ ਮੰਨ ਲਾ ਇਹਦੇ ਪਾ ਕੇ ਨਹੀਂ ਲਿਆਂਦਾ, ਉੱਥੇ ਰਹਿ ਗਿਆ ਖੁੱਡੇ 'ਚ। ਤੁਸੀਂ ਤਾਂ ਫਿਰ ਪਹਿਲਾਂ ਸਿਉਣੇ ਦੀ ਲੰਕਾ 'ਚ ਰਹਿ ਗਏ, ਪਤਾ ਕਿਉਂਕਿ ਮੰਨ ਲਾ ਇਹ ਨਹੀਂ ਗਾ ਵੀ ਮੈਂ ਕਿਤੇ ਕਿਸੇ ਦਾ ਬਾਹਲਾ ਉੱਡਿਆ ਹੂਲ 'ਤੇ ਕਬੂਤਰ ਨਹੀਂ ਮੰਗਿਆ ਅੱਜ, ਅਤੇ ਤੁਹਾਨੂੰ ਪਤਾ ਲੱਗ ਜਾਂਦਾ ਜੀ। ਜੇ ਬੱਚਿਆਂ ਨੂੰ ਘਰ ਹੁਣ ਮਤਲਬ ਨਵਿਆਂ 'ਚੋਂ ਰੱਖਣਾ, ਉਹਦੇ ਕੁਛ ਤੱਤ ਵੇਖ ਕੇ ਰੱਖਣਾ ਵੀ ਉਹ ਕਿੰਨਾ ਜ਼ੋਰ ਲਾਉਂਦਾ, ਕਿੰਨਾ ਉੱਡ ਕੇ ਜਾਂ ਸਾਰੀ ਡਾਰ ਨੂੰ ਬਹਾਉਂਦਾ, ਜਾਂ ਜ਼ੋਰ ਲਾ ਕੇ ਡਿੱਗਦਾ, ਉਹਦੇ ਕੋਈ ਤੱਤ ਵੇਖ ਕੇ ਬੱਚਿਆਂ ਨੂੰ ਰੱਖਣਾ। ਠੀਕ ਹੈ ਜੀ, ਨਹੀਂ ਜੀ ਆਪਾਂ ਕਿਸੇ ਨੂੰ ਕਬੂਤਰ ਦਿੰਦੇ ਹਾਂ ਜੀ ਤਾਂ ਆਪਣਾ ਹੀ ਫਰਜ਼ ਹੁੰਦਾ ਜੀ, ਵਧੀਆ ਹੋਵੇ ਬੰਦਾ ਯਾਦ ਕਰੇ ਬਾਅਦ 'ਚੋਂ, ਜਿਵੇਂ ਹੁਣ ਤੁਸੀਂ ਦੱਸੀ ਜਾਣਾ ਵੀ ਲੈ ਕੇ ਆਏ ਹਾਂ, ਬਸ ਵਧੀਆ ਲੈ ਕੇ ਆਏ।
ਆਵੀ ਸੰਤਾਂ ਨੇ ਜੀ ਇਹ ਬੜੀ ਗੰਢ ਜੀ ਹੈ ਜੀ ਨਹੀਂ ਉਹ ਲੱਗਦੀ ਹੈ ਤੈਨੂੰ ਦੂਜਿਆਂ ਨੂੰ ਇਹਦਾ ਕੱਦ ਲੰਮਾ ਹੈਗਾ ਇਹ ਸਪੈਸ਼ਲ ਰੱਖੀ ਹੈ ਬੱਚਿਆਂ ਨੂੰ ਮਤਲਬ ਲੱਸੀ ਜੀ ਹੈ ਉਹ ਤਾਂ ਚਲੋ ਸਰੀਰ ਦਾ ਪਤਲਾ ਹੀ ਹੋਣਾਗਾ ਗਰਮੀ ਦਾ ਫਿਰ ਇਹੀ ਉਡੂ ਜੇ ਹੁਣ ਆਪਾਂ ਆਖਾਂਗੇ ਉਹ ਨਹੀਂ ਭੱਜ ਕੇ ਨਾਰ ਰਲਦਾ ਠੀਕ ਹੈ ਇਹ ਸਪੈਸ਼ਲ ਬੱਚਿਆਂ ਨੂੰ ਰੱਖਿਆ ਇੰਨੀ ਇਹਦੀ ਡਾਂਡ ਲੰਮੀ ਸੀਗੀ ਤੇ ਇਹਦੇ ਵੀ ਪੱਲੇ ਬਹੁਤ ਵੱਡੇ ਵੱਡੇ ਆ ਇਹ ਸਪੈਸ਼ਲ ਇਹਦੇ ਗੌਣ ਕਰਕੇ ਹੀ ਰੱਖੀ ਹੈ ਠੀਕ ਹੈ ਜੀ ਸਾਰੀ ਡਾਰ ਨੂੰ ਲਾ ਦਿੰਦੀ ਸੀ ਥੱਲੇ ਇਹ ਦਿਖਾ ਦੇ ਪੈਰ ਕਹਿਣਾ ਪੈਰ ਦਿਖਾਏ ਨੇ ਮੌਜ ਹੈ ਮੌਜ ਹੈਗੀ ਹੈ ਪੈਰਾਂ ਦੀ ਜੀ ਨਾ ਬਾਲਾ ਵੀ ਨਾ ਪਲਟਾ ਫਿਰ ਬਾਈਆਂ ਨੇ ਕਹਿ ਦੇਣਾ ਬਾਲੇ ਆਲਟੇ ਪਲਟੇ ਕਰਾ ਦੇ ਕਬੂਤਰ ਦੇ ਇਹ ਨਾ ਕਬੂਤਰ ਹੀ ਹੈ ਤਕਰੀਬਨ ਇਹਦਾ ਬਹੁਤ ਜਾਨਵਰਾਂ ਨੂੰ ਇਹਦਾ ਕੱਦ ਬਹੁਤ ਲੰਬਾ ਹੈਗਾ ਇਹਦੇ ਪੱਲੇ ਪੁੱਲੇ ਹੁਣ ਕਤਰੀ ਵੀ ਹੈ ਕਿਉਂ ਵੀ ਕਈ ਜਿਹੜੇ ਨਿਕਲ ਨੁਕਲ ਨਾ ਜਾਂਦੇ ਆ ਕਿਉਂ ਇਹ ਮੁੰਡੇ ਨੂੰ ਹੁਣ ਜੋੜੀਆਂ ਭੇਜੀਆਂ ਤਾਂ ਕਰਕੇ ਕਤਰ ਕੇ ਦਿੱਤੇ ਆ ਠੀਕ ਹੈ ਇਹਨੂੰ ਇਹ ਸਪੈਸ਼ਲੀ ਜੋੜੀਆਂ ਭੇਜੀਆਂ ਵੀ ਇਹਨਾਂ ਦੇ ਤਿੰਨ ਤਿੰਨ ਝੋਲੀਆਂ ਕਢਾ ਲਾ ਇੱਕ ਵਾਰੀ ਠੀਕ ਹੈ ਜੀ ਵੀ ਬਸ ਉਦੋਂ ਬਾਅਦ ਫਿਰ ਤਾਂ 10 ਸਾਲ ਕਬੂਤਰ ਨਹੀਂ ਮੰਗਣੇ ਠੀਕ ਹੈ ਜੀ ਕੇਰਾਂ ਤਸੱਲੀ ਕਰਾ ਦਾ ਕੇਰਾਂ ਦੀਆਂ ਤਸੱਲੀਆਂ ਇੱਕ ਵਾਰ ਜੀ ਆ ਕਿਹੜਿਆਂ ਚੋਂ ਜੀ ਇਹ ਜੀ ਜਿਹੜੇ ਪੀਰਾਂ ਵਾਲੇ ਲਾਲ ਪੱਲੇ ਵਾਲੇ ਆ ਠੀਕ ਹੈ ਜੀ ਇਹ ਉਸ ਬਲੱਡ ਚੋਂ ਇਹ ਹੈਗੇ ਜੀ ਪੀਰਾਂ ਦੇ ਲਾਲ ਪੱਲੇ ਵਾਲੇ ਪਿਓਰ ਕਬੂਤਰ ਉਹਨਾਂ ਤੋਂ ਲਿਆ ਸੀਗਾ ਇਹਦੇ ਵੀ ਪੱਲੇ ਪੂਰਾ ਫਿਰ ਉਹੀ ਤੈਨੂੰ ਮੈਂ ਦੱਸਿਆ ਵੀ ਆਪਾਂ ਕਦੇ ਜੇ ਕਿਸੇ ਨੂੰ ਮੰਗਿਆ ਤਾਂ ਕਹੀ ਕਹੀ ਮੰਗਿਆ ਵੀ ਆਹੀ ਲੈਣਾ ਇਹ ਨਹੀਂ ਉਹ ਨਹੀਂ ਦੇਖ ਸਕਦੇ ਹੋ ਜੀ ਤੁਸੀਂ ਸਾਰੇ ਜਾਣੇ ਅੱਜ ਬਾਈ ਕਬੂਤਰ ਦਿਖਾਉਣ ਵਾਲੀ ਸਭ ਦੀ ਭੁੱਖ ਕੱਢਤੀ ਆਪਾਂ ਕੱਲ੍ਹ ਨੂੰ ਕਮੈਂਟ ਨਹੀਂ ਕਰੋਗੇ ਵੀ ਕਬੂਤਰ ਨਹੀਂ ਦਿਖਾਏ ਮੈਨੂੰ ਦਿਖਾ ਵੀ ਸਾਰੀਆਂ ਨਸਲਾਂ ਦਿੱਤੀਆਂ ਲਗਾਤਾਰ ਆ ਲਾਲ ਕੌਡੇ ਵਾਲੀ ਫੜੀਆਂ ਉਹ ਵੇਖ ਜਮਾਂ ਕਾਲੀ ਉਹ ਵੀ ਬੰਤ ਵਾਲਿਆਂ ਦੀ ਹੈ ਠੀਕ ਆਹ ਜਮਾਂ ਚਿੱਟੀ ਇਹ ਬੰਤ ਵਾਲੇ ਇਹ ਬੰਤ ਵਾਲੇ ਸ਼ਾਖਾ ਕੋਈ ਕੋਈ ਕੱਢਦੇ ਆ ਠੀਕ ਇਹ ਬੱਚਿਆਂ ਨੂੰ ਰੱਖ ਲਈ ਬਸ ਇਹ ਇੰਨੀ ਡਾਵੀਏ 'ਚ ਐਡਾ ਵੱਡਾ ਗਾਉਣਾ ਗਾ ਅਤੇ ਮੰਨ ਲਾ ਜਿਹੜੇ ਬਸ ਕੋਈ ਕੋਈ ਕੱਢਦੇ ਆ ਉਹ ਰਖਾ ਹੀ ਲੈਣਾ ਠੀਕ ਹੈ ਤਾਂ ਹੀ ਫਿਰ ਤੁਸੀਂ ਰੱਖ ਲਈ ਆਹ ਪਿਛਲੀਆਂ ਲੋਆਂ ਦੇ ਵਿੱਚ ਇਹਨੇ ਬਸ ਪਤਾ ਹੀ ਨਹੀਂ ਇਹਨੇ ਕਿਹੋ ਜਿਹੀਆਂ ਡਾਨਾਂ ਦਿੱਤੀਆਂ ਗੀਆਂ ਅਤੇ ਮਾਲਾ ਬਾਜੀਆਂ ਬੁਜੀਆਂ ਦਾ ਹੁਣ ਪਤਾ ਲੱਗਦਾ ਹੀ ਸੀਗਾ ਅਤੇ ਨਾਲ ਦੀ ਭੈਣ ਭਰਾ ਸੀ ਬਸ ਨਾਲ ਦੇ ਮਰ ਨਹੀਂ ਮੰਨ ਲੈਂਦੀਆਂ ਇਹ ਇੰਨੀ ਡਾਂਡ ਇਹਦੀ ਤਕੜੀ ਹੈਗੀ ਪੱਲੇ ਪੁੱਲੇ ਇਹਦੇ ਵੀ ਬਹੁਤ ਵੱਡੇ ਅਤੇ ਬਹੁਤ ਦੇਖ ਸਕਦੇ ਹੋ ਚੰਗੀ ਤਰ੍ਹਾਂ ਦਿਖਾ ਦੇ ਮਾਰ ਕੇ ਇਹੋ ਜਿਹੇ ਮੰਨ ਲਾ ਵੀ ਸੀਜ਼ਨ 'ਚ ਮੈਂ ਬਹੁਤ ਕਬੂਤਰ ਇਹੋ ਜਿਹੇ ਰਖਾ ਦਿੰਦਾ ਹੁੰਦਾ ਗਾ ਮੈਂ ਮੰਨ ਲਾ ਵੀ ਜਦੋਂ ਮੈਂ ਗੱਡੀ ਤੋਂ ਆਇਆ ਛੁੱਟੀ ਆ ਕੇ ਕਿਹੜਾ ਨਿਗਾਹ ਮਾਰ ਕੇ ਮੈਂ ਉਦੋਂ ਬਹੁਤ ਕਬੂਤਰਾਂ ਇਹ ਰੱਖ ਲੈਂਦੇ ਹਾਂ ਵੀ ਕੋਈ ਨਹੀਂ ਬਾਜੀਆਂ ਚਾਰ ਬਾਜੀਆਂ ਜਾਣ ਤੋਂ ਬਾਅਦ ਪਿੱਛੋਂ ਫਿਰ ਕੌਣ ਸਾਂਭਦਾ ਜੀ ਕਬੂਤਰ ਸਾਰੇ ਆ ਮੁੰਡੇ ਸਾਂਭਣ ਵਾਲੇ ਹੀ ਹੈ ਠੀਕ ਹੈ ਜੀ ਜਿੰਨੇ ਆਪਣੇ ਭਰਾ ਸਾਰੇ ਇਹ ਖੇਤ ਰਹਿੰਦਾ ਠੀਕ ਹੈ ਜੀ ਇਹਦਾ ਵੀ ਬਹੁਤ ਵੱਡਾ ਖੋਡਾ ਕਿਸੇ ਨੂੰ ਕੋਈ ਨਹੀਂ ਸਿਆਉਂਦਾ ਉਹ ਮੁੰਡਾ ਮਨੀ ਬੈਠਾ ਗੁਮਟੀ ਦਾ ਠੀਕ ਹੈ ਉਹਦੇ ਵੀ ਬਹੁਤ ਮਤਲਬ ਸਟਾਕ ਹੀ ਹੈਗਾ ਉਹਦੇ ਨਹੀਂ ਕੋਈ ਪਤਾ ਲੱਗਦਾ ਫਿਰ ਗਰਵਾਜ ਕੋਲ ਆ ਹੋਰ ਆ ਜਿਵੇਂ ਇਹ ਮੁੰਡਾ ਦਾਨਗੜ੍ਹ ਤੋਂ ਉੱਥੇ ਕਬੂਤਰ ਰੱਖੇ ਹੈ ਉਹ ਮੁੰਡਾ ਕੌੜੀ ਤੋਂ ਖੰਨੇ ਕੋਲ ਆਹ ਹੁਣ ਸਾਰੇ ਇਹਨੂੰ ਵੰਡ ਕੇ ਭੇਜਦੇ ਨੇ ਜੇ ਇੱਕ ਥਾਂ ਕਹਿੰਦੇ ਇਹਨਾਂ ਨੇ ਸਾਂਭਣੇ ਆ ਆਪਾਂ ਤਾਂ ਇਕੱਲਾ ਇਹਨੂੰ ਲਿਆ ਕੇ ਦੇ ਦਿੰਦੇ ਵੀ ਜੇ ਕਿਤੇ ਇਹਨੂੰ ਜ਼ਰੂਰਤ ਪੈ ਪੈਂਦੀ ਨਹੀਂ ਵੈਸੇ ਤਾਂ ਜੇ ਕੋਈ ਮੈਨੂੰ ਆਪ ਨੂੰ ਕੋਈ ਹੋਵੇ ਵੀ ਇਹਦੇ ਨਾਲ ਆਹ ਮਿਲਾ ਕੇ ਅਤੇ ਆਹ ਕਰਨਾ ਉਹ ਮੈਂ ਆਹ ਕਰ ਸਕਦਾ ਇਹਨਾਂ ਨੂੰ ਕੋਈ ਠੀਕ ਹੈ ਜੀ ਉਹ ਚੀਜ਼ ਦਾ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਨਾ ਇਹਨਾਂ ਨਾ ਕਿਸੇ ਨੂੰ ਮੰਗਣਾ ਨਾ ਦੇਣਾ ਠੀਕ ਹੈ ਦੇ ਤਾਂ ਦਿੰਦੇ ਆ ਚੱਲ ਵੀ ਕਹਿੰਦੇ ਚੱਲ ਲਿਆਜਾਂ ਭੈਜਾਂ ਤਾਂ ਹੁੰਦੀਆਂ ਹੀ ਆ ਠੀਕ ਹੈ ਜੀ ਪਰ ਮੰਗਣਾ ਨਹੀਂ ਕਿਸੇ ਤੋਂ ਠੀਕ ਹੈ ਜੀ ਨਾ ਕੋਈ ਇਹਨਾਂ ਦੇ ਵਿੱਚ ਐਂ ਕਹਿ ਸਕਦਾ ਵੀ ਆਹ ਚੱਕਿਆ ਵਾ ਉਹ ਰੱਖਿਆ ਵਾ ਮੰਗ ਕੇ ਲਏ ਆ ਮੰਗ ਕੀ ਦੇਣੇ ਆ
ठीक है जी। जे मान लो अपना किसी नाल लाइन देना गया। ठीक है जी। सो दोस्तों तुसीं देखिया बाई जी नाल आपां गलबात करी आ, कबूतरी बाई दे आपां सारे सानूं आपां नूं दिखाए आ, तो कबूतरी बहुत ही वधिया ने, तुसीं देख ही लए ने। तो बाकी आपां अगली वीडियो लैके जल्दी हाजिर होवांगे जी, किसी वधिया प्लेयर दे नाल गलबात करांगे। सो उदों तक वीडियो का आनंद लो, तो बाकी चैनल नूं सबसक्राइब जरूर करो तां कि उहदे नाल साडा भी हौसला वध जांदा, असीं भी अगे कम कर करन जोगे हो जांदे आ। सो सारा का ही धन्यवाद जी, इन्होंने टाइम कढ़िया आ, बाई हुणी भी सारे जिहड़े भी आए इन्हां दा भी धन्यवाद, ते बाई जी का भी बहुत बहुत धन्यवाद सानूं टाइम देने लई। सत श्री अकाल जी, धन्यवाद। सत श्री अकाल भाई।